ਤੁਸੀਂ ਵੇਖ ਰਹੇ ਹੋ ਜਸ ਪੰਜਾਬੀ, ਮੈਂ ਹਾਂ ਤੁਹਾਡੇ ਨਾਲ ਹਰਕੀਰਤ ਸਿੰਘ ਆਲੂਵਾਲੀਆ। ਨੌਰਥ ਅਮਰੀਕਾ ਦੇ ਵਿੱਚ ਵਸਦੇ ਸਾਰੇ ਦਰਸ਼ਕਾਂ ਨੂੰ ਪਿਆਰ ਅਤੇ ਅਦਬ ਦੇ ਨਾਲ ਸਤਿ ਸ੍ਰੀ ਅਕਾਲ। ਰੋਜ਼ਾਨਾ ਤੁਹਾਡੀ ਖਿਦਮਤ ਦੇ ਵਿੱਚ ਅਸੀਂ ਇਸ ਮੰਚ ਨੂੰ ਸਜਾਉਂਦੇ ਹਾਂ ਔਰ ਇਸ ਮੰਚ ਦੇ ਉੱਤੇ ਅਸੀਂ ਵੱਖ ਵੱਖ ਵਿਚਾਰਾਂ ਦੇ ਉੱਤੇ, ਵੱਖ ਵੱਖ ਮਸਲਿਆਂ ਦੇ ਉੱਤੇ ਵਿਚਾਰ ਵੀ ਕਰਦੇ ਹਾਂ ਔਰ ਤੁਸੀਂ ਆਪਣੇ ਪ੍ਰਤੀਕਰਮ ਵੀ ਸਾਡੇ ਨਾਲ ਸਾਂਝੇ ਕਰਦੇ ਹੋ। ਔਰ ਗੌਰਤਲਬ ਹੈ ਅਸੀਂ ਕਈ ਸਾਰੇ ਸਿਆਸਤਦਾਨਾਂ ਨੂੰ ਇਸ ਮੰਚ ਦੇ ਉੱਤੇ ਲੈ ਕੇ ਵੀ ਆਉਂਦੇ ਹਾਂ ਅਤੇ ਅੱਜ ਜਿਸ ਮਸਲੇ ਦੇ ਉੱਤੇ ਵਿਚਾਰ ਕਰਨਾ ਬਣਦਾ ਸੀਗਾ ਉਹ ਇਸ ਕਰਕੇ ਲਾਜ਼ਮੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਦੇ ਵਿੱਚ ਔਰ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਇਸ ਇਸ਼ੂ ਦੇ ਉੱਤੇ ਚਾਨਣਾ ਪਾਉਣਾ ਸਾਡੀ ਜ਼ਿੰਮੇਵਾਰੀ ਬਣ ਜਾਂਦੀ ਹੈ। ਜਦ ਕੋਈ ਵੀ ਮੰਤਰੀ ਸਹੁੰ ਚੁੱਕਦਾ ਹੈ ਪੰਜਾਬ ਦੇ ਕਿਸੇ ਵੀ ਮਹਿਕਮੇ ਦੀ, ਭਾਵੇਂ ਉਹ MLA ਬਣਦਾ, ਭਾਵੇਂ ਉਹ MP ਬਣਦਾ, ਭਾਵੇਂ ਉਹਦੀ ਸ਼ੁਰੂਆਤ MC ਤੋਂ ਹੁੰਦੀ ਹੈ, ਭਾਵੇਂ ਫਿਰ ਉਹ ਕਿਸੇ ਮਿਨਿਸਟਰੀ ਦਾ ਕੈਬਨਿਟ ਮਿਨਿਸਟਰੀ ਬਣਦਾ, ਕੈਬਨਿਟ ਮਿਨਿਸਟਰੀ ਦੇ ਵਿੱਚ ਜਾਂਦਾ, ਕੈਬਨਿਟ ਮੰਤਰੀ ਬਣਦਾ, ਤਾਂ ਹਰ ਫੀਲਡ ਦੇ ਵਿੱਚ ਹਰ ਕਿਸੇ ਦੀ ਵੱਖ ਵੱਖ ਆਪਣੀ ਇੱਕ ਰਿਸਪੋਂਸੀਬਿਲਿਟੀ ਹੁੰਦੀ ਹੈ, ਆਪਣੀ ਇੱਕ ਜ਼ਿੰਮੇਵਾਰੀ ਹੁੰਦੀ ਹੈ। ਇੱਕ ਸ਼ਖਸੀਅਤ ਹੈ ਪੰਜਾਬ ਕਾਂਗਰਸ ਸਰਕਾਰ ਦੇ ਵਿੱਚ, ਇੱਕ ਲੀਡਰ ਹੈ ਜਿਹਦੇ ਉੱਤੇ ਹੁਣ ਪੋਲੀਟਿਕਸ ਸ਼ੁਰੂ ਹੋ ਚੁੱਕੀ ਹੈ। ਜੀ ਹਾਂ, ਮੈਂ ਗੱਲ ਕਰ ਰਿਹਾ ਜ਼ਿਆਦਾ ਸਮਾਂ ਨਾ ਲੈਂਦਾ ਹੋਇਆ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ। ਕੀ ਨਵਜੋਤ ਸਿੰਘ ਸਿੱਧੂ ਕਾਂਗਰਸ ਦੇ ਵਿੱਚ ਸ਼ਾਮਿਲ ਹੋਣਗੇ? ਕੀ ਨਵਜੋਤ ਸਿੰਘ ਸਿੱਧੂ ਆਪਣੀ ਮਿਨਿਸਟਰੀ ਸੰਭਾਲਣਗੇ? ਕੀ ਨਵਜੋਤ ਸਿੰਘ ਸਿੱਧੂ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜੱਫੀ ਪਾਉਣਗੇ? ਕੀ ਨਵਜੋਤ ਸਿੰਘ ਸਿੱਧੂ ਮੁੜ ਤੋਂ ਆਪਣਾ ਕਾਰਜਭਾਰ ਸੰਭਾਲਣਗੇ? ਕੀ ਨਵਜੋਤ ਸਿੰਘ ਸਿੱਧੂ ਨਾਰਾਜ਼ ਹੋਏ ਹੋਏ ਨੇ? ਉਹਨਾਂ ਦੀ ਨਾਰਾਜ਼ਗੀ ਦੂਰ ਹੋਏਗੀ? ਕੀ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਲੋਕਾਂ ਦੇ ਲਈ ਮੁੜ ਤੋਂ ਸੇਵਾ ਸ਼ੁਰੂ ਕਰਨਗੇ? ਇੱਕ ਅਹਿਮ ਸਵਾਲ ਬਣੇ ਹੋਏ ਹਨ। ਮੈਂ ਦਰਸ਼ਕਾਂ ਦੀ ਜਾਣਕਾਰੀ ਲਈ ਦੱਸ ਦੇਵਾਂ, 7 ਜੂਨ ਨੂੰ ਜਦ ਉਹਨਾਂ ਨੂੰ ਮਿਨਿਸਟਰੀ ਦਿੱਤੀ ਗਈ ਸੀ, ਊਰਜਾ ਮੰਤਰੀ ਦੇ ਤੌਰ 'ਤੇ ਉਹਨਾਂ ਨੇ ਸਹੁੰ ਚੁੱਕਣੀ ਸੀਗੀ, ਪਾਵਰ ਮਿਨਿਸਟਰੀ ਉਹਨਾਂ ਨੂੰ ਦਿੱਤੀ ਗਈ ਸੀਗੀ, ਪਰ ਉਹਨਾਂ ਨੇ ਆਪਣੇ ਇਸ ਮਿਨਿਸਟਰੀ ਨੂੰ ਨਹੀਂ ਟੇਕ ਚਾਰਜ ਇਸਦਾ ਨਹੀਂ ਲਿੱਤਾ, ਨਾ ਹੀ ਇਹਦੀ ਟੇਕ ਕੇਅਰ ਕੀਤੀ। ਅਤੇ ਨਾਲ ਹੀ ਵਿਰੋਧੀਆਂ ਦੇ ਨਿਸ਼ਾਨੇ ਦੇ ਉੱਤੇ ਵੀ ਨਵਜੋਤ ਸਿੰਘ ਸਿੱਧੂ ਖੜ੍ਹੇ ਹੁੰਦੇ ਹੋਏ ਨਜ਼ਰ ਆਏ। ਹੁਣ ਸਮਾਂ ਜਿਵੇਂ ਜਿਵੇਂ ਅੱਗੇ ਵੱਧਦਾ ਗਿਆ ਉਵੇਂ ਉਵੇਂ ਨਵਜੋਤ ਸਿੰਘ ਸਿੱਧੂ ਦੇ ਉੱਤੇ ਪ੍ਰੈਸ਼ਰ ਜਿਹੜਾ ਉਹ ਵੀ ਵਧਣਾ ਸ਼ੁਰੂ ਹੋ ਚੁੱਕਿਆ। ਬਈ ਵਿਰੋਧੀਆਂ ਨੇ ਕਿਹਾ ਕਿ ਜੇਕਰ ਤੁਸੀਂ ਅੱਜ 1 ਮਹੀਨੇ ਦੇ ਅੰਦਰ ਪਾਵਰ ਮਿਨਿਸਟਰੀ ਸਾਂਭ ਲੈਂਦੇ ਤਾਂ ਤੁਸੀਂ ਮੌਜੂਦਾ ਹਾਕਮ ਸਰਕਾਰ ਦੇ ਉੱਤੇ, ਕੈਪਟਨ ਸਰਕਾਰ ਦੇ ਉੱਤੇ ਇੱਕ ਪ੍ਰੈਸ਼ਰ ਕ੍ਰੀਏਟ ਕਰ ਸਕਦੇ ਸੀਗੇ, ਤੁਸੀਂ ਕਿਸਾਨਾਂ ਦੇ ਬਿਜਲੀਆਂ ਦੇ ਬਿੱਲ ਨੂੰ ਘੱਟ ਕਰਾਉਣ ਲਈ ਯਤਨਸ਼ੀਲ ਹੋ ਸਕਦੇ ਸੀਗੇ। ਜਿੱਥੇ 8 ਘੰਟੇ ਬਿਜਲੀ ਆਉਂਦੀ ਹੈ ਉੱਥੇ ਉਹਨੂੰ ਵਧਾ ਕੇ ਤੁਸੀਂ 10 ਘੰਟੇ ਜਾਂ 12 ਘੰਟੇ ਬਿਜਲੀ ਕਰ ਸਕਦੇ ਸੀਗੇ। ਸੋ ਓਵਰਆਲ ਤੁਸੀਂ ਇੱਕ ਵਧੀਆ ਆਪਣੀ ਜਿਹੜੀ ਛਵੀ ਹੈ ਪਾਵਰ ਮਿਨਿਸਟਰੀ ਨੂੰ ਸਾਂਭ ਕੇ ਆਪਣੀ ਇਸ ਨਵੀਂ ਇਮੇਜ ਨੂੰ ਕ੍ਰੀਏਟ ਕਰਦੇ ਸੀਗੇ, ਇਹ ਕਈ ਸਿਆਸੀ ਪੰਡਤਾਂ ਨੇ ਬਿਆਨ ਦਿੱਤੇ ਹਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਔਰ ਨਵਜੋਤ ਸਿੰਘ ਸਿੱਧੂ ਆਪਸ ਦੇ ਵਿੱਚ ਜੱਫੀ ਪਾਉਣਗੇ? ਕੀ ਇਹ ਗੱਲ ਹੁਣ ਅਹਿਮਦ ਪਟੇਲ, ਜੋ ਕਿ ਸਿਆਸੀ ਪੰਡਿਤ ਹਨ ਕਾਂਗਰਸ ਦੇ, ਕੀ ਉਹ ਅੱਜ ਹੀ ਗੱਲ ਕੋਈ ਕਰਵਾਉਣਗੇ ਕਿ ਦੋਵਾਂ ਦੇ ਵਿੱਚ ਜਿਹੜੇ ਮਤਭੇਦ ਨੇ ਉਹ ਸੁਲਝਾਏ ਜਾਣ ਔਰ ਦੋਨਾਂ ਦੀ ਜੱਫੀ ਪਏ ਔਰ ਪੰਜਾਬ ਦੇ ਰੁਕੇ ਹੋਏ ਕੰਮ ਰਿਲੇਟਡ ਟੂ ਪਾਵਰ ਮਿਨਿਸਟਰੀ ਉਹ ਪੂਰੇ ਹੋਣ? ਗੱਲ ਇੱਥੇ ਤੱਕ ਹੀ ਨਹੀਂ ਰੁਕੀ, ਗੱਲ ਇਹ ਵੀ ਸਿਆਸੀ ਪੰਡਿਤਾਂ ਵੱਲੋਂ ਸਾਹਮਣੇ ਆਈ ਹੈ ਕਿ ਨਵਜੋਤ ਸਿੰਘ ਸਿੱਧੂ ਨੂੰ ਕਈ ਸਾਰੇ ਕੈਬਨਿਟ ਮਿਨਿਸਟਰ ਹਨ ਔਰ ਕਈ ਸਾਰੇ MLA ਹਨ ਜੋ ਲਾਈਕ ਨਹੀਂ ਕਰਦੇ।
ਕੀ ਨਵਜੋਤ ਸਿੰਘ ਸਿੱਧੂ ਦਾ ਸਿੱਧਾ ਬੋਲਣਾ, ਕੀ ਨਵਜੋਤ ਸਿੰਘ ਸਿੱਧੂ ਦੀ ਇਮਾਨਦਾਰ ਛਵੀ, ਜਿਸ ਅੰਦਾਜ਼ ਦੇ ਵਿੱਚ ਨਵਜੋਤ ਸਿੰਘ ਸਿੱਧੂ ਬੋਲਦੇ ਹਨ, ਜਾਂ ਫਿਰ ਜਿਵੇਂ ਉਹ ਤੰਜ ਕੱਸਦੇ ਹਨ, ਜਾਂ ਫਿਰ ਜਿਵੇਂ ਉਹ ਨਿਸ਼ਾਨਾ ਲਾਉਂਦੇ ਹਨ, ਉਹਦਾ ਖਾਮਿਆਜ਼ਾ ਹੁਣ ਉਹਨਾਂ ਨੂੰ ਭੁਗਤਣਾ ਪੈ ਰਿਹਾ, ਜਿਸ ਕਾਰਨ ਉਹਨਾਂ ਦੇ ਹੀ ਪਾਰਟੀ ਦੇ ਮਿਨਿਸਟਰ ਉਹਨਾਂ ਨੂੰ ਡਿਸਲਾਈਕ ਕਰਦੇ ਹਨ। ਸਿਆਸੀ ਪੰਡਤਾਂ ਦਾ ਇਹ ਵੀ ਕਹਿਣਾ ਹੈ ਕਿ ਨਵਜੋਤ ਸਿੰਘ ਸਿੱਧੂ ਅੱਜ ਜੇ ਆਪਣਾ ਕਾਰਜਭਾਰ ਸੰਭਾਲ ਲੈਂਦੇ, ਜੇਕਰ ਉਹ ਆਪਣੇ ਇਸ ਅੰਦਾਜ਼ ਦੇ ਵਿੱਚ ਕੰਮ ਕਰਦੇ ਹਨ, ਉਸੇ ਤਰੀਕੇ ਨਾਲ ਕੰਮ ਕਰਦੇ, ਤਾਂ ਅੱਜ ਇੱਕ ਪੋਜ਼ਿਟਿਵ ਇਮੇਜ ਵੀ ਬਣ ਸਕਦੀ ਸੀਗੀ। ਲੇਕਿਨ ਨਵਜੋਤ ਸਿੰਘ ਸਿੱਧੂ ਦੇ ਅੰਦਰ ਚੱਲ ਕੀ ਰਿਹਾ? ਗੱਲ ਇੱਥੇ ਹੀ ਨਹੀਂ ਰੁਕੀ। ਬੀਜੇਪੀ ਨੇ ਨਵਜੋਤ ਸਿੰਘ ਸਿੱਧੂ ਦੇ ਉੱਤੇ ਤੰਜ ਕੱਸਦੇ ਹੋਏ ਇੱਕ ਬਿਆਨ ਵੀ ਜਾਰੀ ਕੀਤਾ। ਕੌਮੀ ਸਕੱਤਰ ਤਰੁਣ ਚੁੱਗ, ਜਿਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਹਜੇ ਤੱਕ ਆਪਣਾ ਕਾਰਜਭਾਰ ਨਹੀਂ ਸੰਭਾਲਿਆ, 7 ਜੂਨ ਤੋਂ ਬਾਅਦ ਹਜੇ ਤੱਕ ਉਹ ਅਹੁਦਾ ਖਾਲੀ ਪਿਆ। ਲੇਕਿਨ ਅੱਜ ਚੰਡੀਗੜ੍ਹ ਦੇ ਵਿੱਚ ਉਹਨਾਂ ਦੀ ਕੋਠੀ ਵੀ ਹੈ, ਗੱਡੀਆਂ ਵੀ ਉਹਨਾਂ ਦੇ ਕੋਲ ਹੈ, ਸਰਕਾਰੀ ਮੁਲਾਜ਼ਮ ਵੀ ਕੰਮ ਕਰ ਰਹੇ ਹਨ ਆਫਿਸ ਦੇ ਵਿੱਚ, ਸਿਕਿਉਰਿਟੀ ਵੀ ਉਹਨਾਂ ਨੂੰ ਮਿਲੀ ਹੋਈ ਹੈ, ਸੈਲਰੀ ਵੀ ਉਹਨਾਂ ਨੂੰ ਜਾ ਰਹੀ ਹੈ। ਜਿਹੜਾ ਬੋਝ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੇਵਿਜੂਲ ਪੈ ਰਿਹਾ ਹੈ ਬਿਨਾਂ ਕਿਸੇ ਕੰਮ ਕੀਤੇ ਹੋਏ, ਕੀ ਨਵਜੋਤ ਸਿੰਘ ਸਿੱਧੂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਸੀਗਾ, ਜਾਂ ਫਿਰ ਨਵਜੋਤ ਸਿੰਘ ਸਿੱਧੂ ਨੂੰ ਚੁੱਪਚਾਪ ਆਪਣੀ ਇਸ ਮਿਨਿਸਟਰੀ ਨੂੰ ਸਾਂਭ ਲੈਣਾ ਚਾਹੀਦਾ ਸੀਗਾ? ਪਹਿਲਾਂ ਮੈਂ ਤੁਹਾਨੂੰ ਉਹ ਬਿਆਨ ਸੁਣਾ ਦਿੰਦਾ, ਉਸ ਤੋਂ ਬਾਅਦ ਫਿਰ ਕਰਾਂਗੇ ਟਿੱਪਣੀ। ਮੰਤਰੀ ਮੰਡਲ ਦੀ ਬੈਠਕਾਂ 'ਚ ਨਹੀਂ ਆ ਰਹੇ, ਮੰਤਰੀ ਮੰਡਲ ਦਾ ਕੰਮ ਨਹੀਂ ਕਰ ਰਹੇ, ਔਰ ਮੁੱਖ ਮੰਤਰੀ ਨੇ ਜਿਹੜਾ ਉਹਨਾਂ ਦਾ ਵਿਭਾਗ ਚੇਂਜ ਕੀਤਾ, ਉਸ ਵਿਭਾਗ ਦਾ ਚਾਰਜ ਲੈਣ ਨੂੰ ਤਿਆਰ ਨਹੀਂ ਹੈ। ਇਹ ਬਹੁਤ ਵੱਡਾ ਕੌਂਸਟੀਟਿਊਸ਼ਨਲ ਕ੍ਰਾਈਸਿਸ ਹੈ ਕਿ ਪੰਜਾਬ ਦਾ ਇੱਕ ਮੰਤਰੀ ਕੌਂਸਟੀਟਿਊਸ਼ਨ ਦੀ ਸਹੁੰ ਚੁੱਕ ਕੇ ਗੱਡੀ, ਕੋਠੀ, ਤਨਖਾਹ, ਅਮਲਾ ਦਾ ਪ੍ਰਯੋਗ ਕਰ ਰਿਹਾ, ਗੱਡੀਆਂ ਦਾ ਪ੍ਰਯੋਗ ਕਰ ਰਿਹਾ, ਆਫਿਸ ਦਾ ਪ੍ਰਯੋਗ ਕਰ ਰਿਹਾ, ਲੇਕਿਨ ਸਰਕਾਰ ਦੇ ਦੁਆਰਾ ਦਿੱਤੇ ਗਏ ਕੰਮ ਨੂੰ ਨਹੀਂ ਕਰ ਰਿਹਾ। ਮੰਤਰੀ ਮੰਡਲ ਦੀ ਬੈਠਕ ਅੱਜ ਤੱਕ ਮੰਤਰੀ ਨੇ ਮੁੱਖ ਮੰਤਰੀ ਦਾ ਹੁਕਮ ਨਹੀਂ ਮੰਨਿਆ, ਇਸ ਕਰਕੇ ਹੁਣ ਜਾਂ ਤਾਂ ਮੁੱਖ ਮੰਤਰੀ ਨੂੰ ਚਾਹੀਦਾ ਕਿ ਆਪਣਾ ਹੁਕਮ ਲਾਗੂ ਕਰਾਓ, ਜੇ ਹੁਕਮ ਮੰਤਰੀ ਜੀ ਨਹੀਂ ਮੰਨਦੇ ਤਾਂ 2 ਲਾਈਨਾਂ ਗਵਰਨਰ ਨੂੰ ਲਿਖ ਕੇ ਭੇਜਣ ਕਿ ਅਨੁਸ਼ਾਸਨਹੀਨਤਾ ਕਰਕੇ ਇਹਨਾਂ ਨੂੰ ਇੱਥੋਂ ਮੰਤਰੀ ਪਦ ਤੋਂ ਹਟਾਇਆ ਜਾਂਦਾ। ਜੇ ਇਹ ਨਹੀਂ ਕਰ ਸਕਦੇ, ਕੋਈ ਉਹਨਾਂ 'ਤੇ ਪਾਬੰਦੀ ਹੈ, ਫਿਰ 2 ਲਾਈਨਾਂ ਉਹਨਾਂ ਨੂੰ ਲਿਖ ਕੇ ਆਪਣੀਆਂ ਭੇਜਣੀਆਂ ਚਾਹੀਦੀਆਂ ਕਿ ਮੈਂ ਸਰਕਾਰ ਨਹੀਂ ਚਲਾ ਸਕਦਾ ਕਿਉਂਕਿ ਮੇਰਾ ਮੰਤਰੀ ਮੇਰਾ ਹੁਕਮ ਮੰਨਣ ਨੂੰ ਤਿਆਰ ਨਹੀਂ, ਇਸ ਕਰਕੇ ਉਹਨਾਂ ਨੂੰ ਛੱਡ ਕੇ ਪਾਸੇ ਆਉਣਾ ਚਾਹੀਦਾ। ਵੈਸੇ ਮੈਂ ਨਵਜੋਤ ਸਿੰਘ ਸਿੱਧੂ ਜੀ ਨੂੰ ਰਿਕੁਐਸਟ ਕਰਾਂਗਾ ਕਿ ਉਹ ਆਪਣਾ ਅਹੁਦਾ ਸਾਂਭਣ, ਸਿਆਣੇ ਬੰਦੇ ਨੇ, ਚੰਗੇ ਇਨਸਾਨ ਨੇ, ਆ ਕੇ ਡਿਪਾਰਟਮੈਂਟ 'ਚ ਕੋਈ ਨਾ ਕੋਈ ਇੰਪਰੂਵਮੈਂਟ ਕਰਨ। ਇਹ ਤਾਂ ਉਹ ਦੱਸ ਸਕਦੇ ਨੇ, ਪਰ ਮੈਂ ਸਿੱਧੂ ਸਾਹਿਬ ਨੂੰ ਬੇਨਤੀ ਕਰਾਂਗਾ ਵੀ ਲੇਟ ਹੋ ਰਿਹਾ, ਹੁਣ ਉਹਨਾਂ ਨੂੰ ਕੋਈ ਨਾ ਕੋਈ ਫੈਸਲਾ ਆਪਾਂ ਨੂੰ ਕਦਮ ਚੁੱਕ ਲੈਣਾ ਚਾਹੀਦਾ। ਸਿਆਸੀ ਪੰਡਤਾਂ ਦਾ ਇਹ ਵੀ ਕਹਿਣਾ ਕਿ ਕਾਂਗਰਸ ਪਾਰਟੀ ਦੇ ਦਿਨ ਵਧੀਆ ਨਹੀਂ ਚੱਲ ਰਹੇ, ਜਿੱਥੇ ਨਵਜੋਤ ਸਿੰਘ ਸਿੱਧੂ ਪੰਜਾਬ ਦੇ ਵਿੱਚ ਨਾਰਾਜ਼ ਹੋਏ ਹਨ, ਉੱਥੇ ਦੂਜੇ ਪਾਸੇ ਰਾਹੁਲ ਗਾਂਧੀ ਨੇ ਵੀ ਅਸਤੀਫਾ ਦੇ ਦਿੱਤਾ ਬਤੌਰ ਪ੍ਰਧਾਨ ਦੇ ਵਜੋਂ। ਹੁਣ ਇਹ ਵੀ ਕਿਆਸ ਲਗਾਏ ਜਾ ਰਹੇ ਹਨ ਕਿ ਅਗਲਾ ਜਿਹੜਾ ਪ੍ਰਧਾਨ ਹੈ ਕਾਂਗਰਸ ਦਾ ਕੌਣ ਹੋਏਗਾ। ਕਈ ਸਾਰੇ ਨਾਮ ਜਿਹੜੇ ਨੇ ਉਹ ਸਾਹਮਣੇ ਆ ਰਹੇ ਹਨ, ਸਚਿਨ ਪਾਇਲਟ, ਉਸ ਤੋਂ ਇਲਾਵਾ ਸੀਨੀਅਰ ਲੀਡਰ ਜਿਨ੍ਹਾਂ ਨੇ UPA ਦੇ ਵਿੱਚ ਕਈ ਸਾਰੀ ਮਿਨਿਸਟਰੀ ਸੰਭਾਲੀ ਸੀਗੀ, ਜੋਤੀਰਾਤ ਸਿੰਧਿਆ, ਉਹਨਾਂ ਦਾ ਵੀ ਨਾਮ ਕਿੱਥੇ ਨਾ ਕਿੱਥੇ ਸਾਹਮਣੇ ਆ ਰਿਹਾ, ਅਤੇ ਕਈ ਹੋਰ ਸੀਨੀਅਰ ਲੀਡਰਸ ਜੋ ਕਿ ਕਾਂਗਰਸ ਪਾਰਟੀ ਦੇ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ, ਉਹਨਾਂ ਦਾ ਵੀ ਨਾਂ ਸਾਹਮਣੇ ਆ ਰਿਹਾ। ਨਵਜੋਤ ਸਿੰਘ ਸਿੱਧੂ ਵੇਟ ਕਰ ਰਹੇ ਸੀਗੇ ਕਿ ਮੇਰੀ ਗੱਲ ਹੋਏਗੀ ਰਾਹੁਲ ਗਾਂਧੀ ਦੇ ਨਾਲ, ਹਾਈਕਮਾਨ ਦੇ ਨਾਲ ਗੱਲ ਹੋਏਗੀ, ਹਾਈਕਮਾਨ ਤਾਂ ਮੇਰੇ ਹੱਕ ਦੇ ਵਿੱਚ ਹੀ ਬੋਲੇਗੀ। ਲੇਕਿਨ ਹਜੇ ਤੱਕ ਹਾਈਕਮਾਨ ਨੇ ਵੀ ਪੱਲਾ ਨਹੀਂ ਫੜਿਆ ਨਵਜੋਤ ਸਿੰਘ ਸਿੱਧੂ ਦਾ, ਚੁੱਪਚਾਪ ਬੈਠੇ ਹੋਏ ਨੇ, ਕੋਈ ਬਿਆਨ ਉਹਨਾਂ ਦਾ ਸਾਹਮਣੇ ਨਹੀਂ ਆ ਰਿਹਾ, ਮੀਡੀਆ ਵਾਲਿਆਂ ਨੂੰ ਉਹ ਆਪਣੇ ਕੋਲ ਐਂਟਰਟੇਨ ਕਰਨ ਨਹੀਂ ਦੇ ਰਹੇ। ਕੀ ਤੁਹਾਨੂੰ ਲੱਗਦਾ ਕਿ ਨਵਜੋਤ ਸਿੰਘ ਸਿੱਧੂ ਨੂੰ ਯੂਜ਼ ਕੀਤਾ ਗਿਆ ਕਾਂਗਰਸ ਦੀ ਤਰਫੋਂ? 2019 ਦੀ ਲੋਕ ਸਭਾ ਚੋਣਾਂ ਦੀ ਕੈਂਪੇਨਿੰਗ ਕਰਾਉਣੀ ਸੀਗੀ, ਉਹ ਕਰਾ ਲਈ, ਹੁਣ ਰਾਹੁਲ ਗਾਂਧੀ ਵੀ ਹੱਥ ਨਹੀਂ ਫੜ ਰਹੇ ਨਵਜੋਤ ਸਿੰਘ ਸਿੱਧੂ ਦਾ। ਗੱਲ ਤਾਂ ਇੱਥੇ ਤੱਕ ਆ ਗਈ ਸੀਗੀ ਕਿ ਰਾਹੁਲ ਗਾਂਧੀ ਦੀ, ਪ੍ਰਿਯੰਕਾ ਗਾਂਧੀ ਦੀ, ਸੋਨੀਆ ਗਾਂਧੀ ਦੀ ਨਵਜੋਤ ਸਿੰਘ ਸਿੱਧੂ ਦੇ ਨਾਲ ਹੱਟੀ ਸੱਟੀ ਹੈ।
ਜੋ ਨਵਜੋਤ ਸਿੰਘ ਸਿੱਧੂ ਨੇ ਕਹਿਤਾ ਉਹ ਪੱਥਰ ਦੀ ਲਕੀਰ ਹੋ ਗਈ। ਲੇਕਿਨ ਹੁਣ ਕੀ ਬਣੂ ਨਵਜੋਤ ਸਿੰਘ ਸਿੱਧੂ ਦਾ? ਨਾ ਕਾਂਗਰਸ ਹੱਥ ਫੜ ਰਹੀ ਹੈ, ਨਾ ਆਪ ਦੇ ਲੀਡਰ ਹੱਥ ਫੜ ਰਹੇ ਨੇ, ਨਾ ਨਵਜੋਤ ਸਿੰਘ ਸਿੱਧੂ ਦਾ ਹਾਈਕਮਾਨ ਹੱਥ ਫੜ ਰਹੀ ਹੈ। ਹਜੇ ਤਾਂ ਹਾਲ ਫਿਲਹਾਲ ਉਹਨਾਂ ਦੀ ਧਰਮ ਪਤਨੀ ਨਵਜੋਤ ਕੌਰ ਨੇ ਉਹਨਾਂ ਦਾ ਹੱਥ ਫੜਿਆ ਹੋਇਆ। ਉਹਨਾਂ ਦਾ ਬਿਆਨ ਸਾਹਮਣੇ ਆਇਆ ਕਿ ਨਵਜੋਤ ਸਿੰਘ ਸਿੱਧੂ ਥੋੜ੍ਹੇ ਪਰੇਸ਼ਾਨ ਚੱਲ ਰਹੇ ਸੀਗੇ, ਜਿਸ ਕਰਕੇ ਉਹ ਧਾਰਮਿਕ ਅਸਥਾਨਾਂ ਦੇ ਉੱਤੇ ਗਏ। ਹਾਲ ਫਿਲਹਾਲ ਦੇ ਵਿੱਚ ਉਹ ਵੈਸ਼ਨੋ ਦੇਵੀ ਗਏ ਹੋਏ ਸੀਗੇ ਅਤੇ ਕਈ ਹੋਰ ਸਾਰੇ ਸਥਲਾਂ ਦੇ ਉੱਤੇ ਉਹ ਹੋ ਕੇ ਆਏ ਨੇ ਅਤੇ ਹੁਣ ਉਹ ਰੱਬ ਦਾ ਹੱਥ ਫੜਨ ਦੀ ਕੋਸ਼ਿਸ਼ ਕਰ ਰਹੇ ਨੇ। ਰੱਬ ਨੇ ਅਗਰ ਉਹਨਾਂ ਦਾ ਹੱਥ ਫੜਿਆ ਹੋਇਆ ਤਾਂ ਫਿਰ ਉਹਨਾਂ ਦੇ ਆਪ ਦੇ ਲੀਡਰ ਕੀ ਉਹਨਾਂ ਦਾ ਹੱਥ ਫੜਨਗੇ? ਕੀ ਨਵਜੋਤ ਸਿੰਘ ਸਿੱਧੂ ਨੂੰ ਚੁੱਪਚਾਪ ਆਪਣੀ ਮਿਨਿਸਟਰੀ ਸਾਂਭ ਲੈਣੀ ਚਾਹੀਦੀ ਹੈ? ਕਿਸਾਨ ਔਰ ਕਿਸਾਨੀ ਦੇ ਲਈ ਅਹਿਮ ਯੋਗਦਾਨ ਪਾਉਣ ਦੇ ਲਈ ਉਹਨਾਂ ਨੂੰ ਯਤਨਸ਼ੀਲ ਹੋਣਾ ਚਾਹੀਦਾ ਕਿ ਨਹੀਂ? ਇਹ ਇੱਕ ਵੱਡਾ ਸਵਾਲ ਬਣਿਆ ਹੋਇਆ। ਇਸੇ ਦੇ ਉੱਤੇ ਕਰਾਂਗੇ ਵਿਚਾਰ ਤਕਰਾਰ। ਮੈਂ ਵੇਟ ਕਰ ਰਿਹਾ ਤੁਹਾਡੇ ਫੋਨ ਕਾਲਸ ਦੀ। ਇਸ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਮੈਨੂੰ ਕਾਲ ਕਰ ਸਕਦੇ ਹੋ, ਆਪਣੇ ਪ੍ਰਤੀਕਰਮ ਮੇਰੇ ਨਾਲ ਸਾਂਝੇ ਕਰ ਸਕਦੇ ਹੋ ਔਰ ਕਰਾਂਗੇ ਇਸ ਮਸਲੇ ਦੇ ਉੱਤੇ ਵਿਚਾਰ। ਮਿਲਦੇ ਹਾਂ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਟਿੱਪਣੀ ਕਰ ਰਹੇ ਹਾਂ ਅੱਜ ਨਵਜੋਤ ਸਿੰਘ ਸਿੱਧੂ ਦੇ ਉੱਤੇ ਕਿ ਨਵਜੋਤ ਸਿੰਘ ਸਿੱਧੂ ਨੂੰ ਆਪਣਾ ਕਾਰਜਭਾਰ ਸੰਭਾਲਣਾ ਚਾਹੀਦਾ ਸੀਗਾ, ਨਾਰਾਜ਼ ਚੱਲ ਰਹੇ ਨਵਜੋਤ ਸਿੰਘ ਸਿੱਧੂ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ, ਜਾਂ ਫਿਰ ਨਵਜੋਤ ਸਿੰਘ ਸਿੱਧੂ ਹੁਣ ਕਿੱਥੇ ਸਟੈਂਡ ਕਰਦੇ ਹਨ ਪੰਜਾਬ ਦੀ ਪੋਲੀਟਿਕਸ ਦੇ ਵਿੱਚ, ਇੱਕ ਵੱਡਾ ਸਵਾਲ ਬਣਿਆ ਹੋਇਆ। ਮੇਰੇ ਨਾਲ ਫੋਨ ਲਾਈਨ 'ਤੇ ਮੌਜੂਦ ਹਨ ਇੰਡੀਆ ਤੋਂ ਸਿਆਸੀ ਮਾਹਿਰ ਹਨ, ਇਹਨਾਂ ਨੂੰ ਸਿਆਸੀ ਪੰਡਿਤ ਵੀ ਕਿਹਾ ਜਾ ਸਕਦਾ, ਉਹ ਵੀ ਘੱਟ ਰਹੂਗਾ। ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਮੌਜੂਦ ਨੇ, ਜਿਨ੍ਹਾਂ ਨੂੰ ਮੌਜੂਦਾ ਸੀ ਕਈ ਵਾਰ ਕਈ TV ਡਿਬੇਟਾਂ ਦੇ ਉੱਤੇ ਵੇਖਦੇ ਵੀ ਹਾਂ, ਉਹ ਕੀ ਕੁਛ ਟਿੱਪਣੀ ਕਰਨਾ ਚਾਹੁੰਦੇ ਹਨ? ਉਹਨਾਂ ਦਾ ਅਸੀਂ ਸਵਾਗਤ ਕਰਦੇ ਹਾਂ ਇਸ ਮੰਚ ਦੇ ਉੱਤੇ। ਪ੍ਰੋਫੈਸਰ ਸਾਹਿਬ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਬਹੁਤ ਬਹੁਤ ਧੰਨਵਾਦ ਅੱਜ ਵਾਲੀਆ ਜੀ। ਪ੍ਰੋਫੈਸਰ ਸਾਹਿਬ, ਕਿਸ ਤਰੀਕੇ ਨਾਲ ਵੇਖਦੇ ਹੋ ਨਵਜੋਤ ਸਿੰਘ ਸਿੱਧੂ ਨੂੰ ਲੈ ਕੇ? ਮੈਂ ਤੁਹਾਡੇ ਓਪਨਿੰਗ ਕਮੈਂਟਸ ਜਾਣਨਾ ਚਾਹਾਂਗਾ ਪਹਿਲਾਂ ਤੇ। ਇਸ ਤਰ੍ਹਾਂ ਹੈਗਾ ਆ ਕਿ ਦੇਖੋ ਆਲੂ ਵਾਲੀਆ ਜੀ, ਇਹ ਤੇ ਜ਼ਿਆਦਾ ਲੰਬਾ ਪੈ ਗਿਆ, ਲੱਗਦਾ ਨਹੀਂ ਸੀ, ਲੱਗਦਾ ਸੀ 2-4 ਦਿਨਾਂ 'ਚ ਇਹ ਗੱਲ ਖਤਮ ਹੋ ਜੂਗੀ, ਪਰ ਉਹਨਾਂ ਵੱਲੋਂ ਇਹ ਨਾ ਜੁਆਇਨ ਕਰਨਾ ਆਪਣੇ ਆਪ 'ਚ, ਹੁਣ ਇਹ ਇੱਕ ਇੰਜ ਕਿਸਮ ਦਾ ਤੁਸੀਂ ਕਹਿ ਲਓ ਕਿ ਮੁੱਛ ਦਾ ਸਵਾਲ ਤੇ ਖੜਾ ਹੋ ਹੀ ਗਿਆ। ਇੱਕ ਪਾਸੇ ਰਾਜਾ ਆ, ਦੂਜੇ ਪਾਸੇ ਤੁਸੀਂ ਸਮਝਦੇ ਹੋ ਕਿ ਉਹ ਵੀ ਆਪਣੇ ਆਪ ਨੂੰ ਸਿੱਧੂ ਸਾਹਿਬ ਜੀ ਤੇ ਸਭ ਤੋਂ ਉੱਪਰ ਸਮਝਦੇ ਆ, ਤੇ ਉਹ ਤੇ ਜੇ ਕਿਤੇ ਦਿੱਲੀ 'ਚ ਜਿਹੜੇ ਰਾਹੁਲ ਜੀ ਤਕੜੇ ਹੁੰਦੇ ਤੇ ਸ਼ਾਇਦ ਉਹ ਮਸਲਾ ਹੱਲ ਹੋ ਜਾਂਦਾ। ਜਿਹੜੇ ਉਹਨਾਂ ਦੇ ਸਿੱਧੂ ਸਾਹਿਬ ਦੇ ਗੋਡਫਾਦਰ ਰਾਹੁਲ ਹੈ, ਉਹ ਤਾਂ ਖੁਦ ਇੱਕ ਕਿਸਮ ਦੀ ਬੜੀ ਤਗੜੀ ਨਵੇਂ ਕਿਸਮ ਦੇ ਪ੍ਰੋਸੈਸ ਵਿੱਚੋਂ ਦੀ ਨਿਕਲ ਰਹੇ ਆ। ਪਤਾ ਨੀ ਪਾਰਟੀ ਹੁਣ ਕਿੱਦਾਂ ਕਿਸ ਪਾਸੇ ਨੂੰ ਚੱਲੂਗੀ, ਤੇ ਉਹਨਾਂ ਹਾਲਾਤਾਂ ਦੇ ਵਿੱਚ ਉਹ ਜਿਹੜਾ ਸੱਤਾ ਦਾ ਉੱਪਰੋਂ ਇਹਨਾਂ ਨੂੰ ਸਹਾਰਾ ਮਿਲਣਾ ਸੀ ਸਿੱਧੂ ਸਾਹਿਬ ਨੂੰ, ਉਹ ਮਿਲ ਨਹੀਂ ਰਿਹਾ। ਤੇ ਹੁਣ ਇੱਕ ਕਿਸਮ ਦਾ ਇੰਝ ਹੀ ਆ ਕਿ ਜਿਵੇਂ ਸਿੱਧੂ ਸਾਹਿਬ ਕੋਈ ਸਟੇਟਮੈਂਟ, ਕੋਈ ਟਵਿੱਟਰ, ਕੋਈ ਕੁਛ ਹੋ ਨਹੀਂ ਰਿਹਾ, ਕਿ ਜਿਵੇਂ ਅੰਡਰਗਰਾਊਂਡ ਹੋਣ ਜਾਂ ਤੇ ਕੋਈ ਅੰਡਰਗਰਾਊਂਡ ਹੋ ਕੇ ਵੱਡੀ ਬੰਬ ਧਮਾਕਾ ਇਕੱਠਾ ਹੀ ਕਰਨਗੇ, ਜਿਵੇਂ ਗੁੱਬ ਗੁਬਾਰ ਤੋਂ ਬਾਅਦ ਕਿਸੇ ਕਿਸਮ ਦਾ ਇਕੱਠਾ ਹੀ ਫਿਰ ਬਾਅਦ ਵਿੱਚ ਤੂਫਾਨ ਆਉਂਦਾ। ਪਰ ਹਾਲ ਦੀ ਘੜੀ ਇਹ ਜਿਹੜਾ, ਠੀਕ ਤੁਹਾਡੀ ਗੱਲ, ਇਹ ਹੋਣਾ ਤੇ ਚਾਹੀਦਾ ਸੀ ਵੇਲੇ ਸਿਰ, ਹੋਇਆ ਨਹੀਂ। ਹੁਣ ਜਿਹੜਾ ਵਿਰੋਧੀਆਂ ਦਾ ਕ੍ਰਿਟੀਸਿਜ਼ਮ ਆਲੂ ਵਾਲੀ ਆ ਜੀ, ਇਹ ਵੀ ਠੀਕ ਹੈਗਾ ਆ ਕਿ ਤੁਸੀਂ ਐਜ ਏ ਮਿਨਿਸਟਰ ਤਨਖਾਹ ਲੈ ਰਹੇ, ਕੰਮ ਕਿਉਂ ਨਹੀਂ ਕਰ ਰਹੇ ਜਾਂ ਛੱਡ ਦਿਓ ਤੁਸੀਂ ਕੈਬਨਿਟ, ਕੋਈ ਜ਼ਰੂਰੀ ਨਹੀਂ, ਛੱਡ ਦਿਓ, ਤੁਹਾਡਾ ਇੱਕ ਆਪਣਾ ਹੀ ਸਟੇਟਸ ਹੈਗਾ, ਨਹੀਂ ਤੇ ਫਿਰ ਕਿਸੇ ਨਾ ਕਿਸੇ ਮਾੜੇ ਮੋਟੇ ਡਿਸਿਪਲਿਨ 'ਚ ਤੇ ਰਹਿਣਾ ਹੀ ਪੈਂਦਾ। ਦੇਖੋ ਸੱਤਾ ਤੇ ਸੱਤਾ ਹੀ ਆ, ਭਾਵੇਂ ਤੁਹਾਨੂੰ ਚੰਗਾ ਲੱਗੇ ਮਾੜਾ ਲੱਗੇ, ਉਹਨਾਂ ਨੂੰ ਆਪਣਾ ਕਦ ਉੱਚਾ ਕਰਨਾ ਹੀ ਸੀਗਾ ਤਾਂ ਉਹ ਕਿਸਾਨਾਂ ਦੇ ਲਈ ਕੋਈ ਭਲਾਈ ਦਾ ਕੰਮ ਕਰ ਦਿੰਦੇ। ਜਿੱਥੇ ਅੱਜ 8 ਘੰਟੇ ਕਿਸਾਨਾਂ ਨੂੰ ਬਿਜਲੀ ਮਿਲਦੀ ਹੈ, ਉਹਨੂੰ ਵਧਾ ਕੇ 10 ਘੰਟੇ ਕਰਦੇ, 12 ਘੰਟੇ ਕਰਦੇ, ਜਾਂ ਫਿਰ ਬਿਜਲੀ ਦੇ ਦਾਮਾਂ ਨੂੰ ਘੱਟ ਕਰਦੇ, ਜਾਂ ਫਿਰ ਕੋਈ ਹੋਰ ਵੱਖਰੀ ਪਾਲਿਸੀਜ਼ ਲੈ ਕੇ ਆਉਂਦੇ, ਤਾਂ ਉਹ ਕਦ ਆਪਣਾ ਇਸ ਮਿਨਿਸਟਰੀ ਦੇ ਵਿੱਚ ਰਹਿ ਕੇ ਵੀ ਉੱਚਾ ਕਰ ਸਕਦੇ ਸੀਗੇ। ਸਹਿਮਤੀ ਰੱਖਦੇ ਹੋ ਉਸ ਗੱਲ ਦੇ ਨਾਲ? ਇਹ ਠੀਕ ਹੈ ਤੁਹਾਡੀ ਗੱਲ, ਕੰਮ ਕੋਈ ਵੀ ਹੋਵੇ, ਮੈਂ ਇਸ ਗੱਲ ਨਾਲ ਸਹਿਮਤ ਹਾਂ, ਕੰਮ ਕੋਈ ਵੀ ਮਿਲੇ, ਕੰਮ ਤੇ ਸਾਰੀ ਜਗ੍ਹਾ ਹੀ ਕਰਨ ਨੂੰ ਬਹੁਤ ਜਗ੍ਹਾ ਹੁੰਦੀ ਹੈਗੀ। ਪਰ ਇਹ ਇੱਕ ਗਲਤ ਗੱਲ ਹੈਗੀ ਹੈ ਕਿ ਕੁਛ ਮਹਿਕਮੇ ਜਿਹੜੇ ਆ ਉਹਦੇ 'ਚ ਤੁਸੀਂ ਜ਼ਿਆਦਾ ਕਰ ਸਕਦੇ, ਕੁਛ 'ਚ ਘੱਟ ਕਰ ਸਕਦੇ। ਮੇਰਾ ਖਿਆਲ ਹੈ ਕਿ ਜੇ ਤੁਸੀਂ 6 ਮਹੀਨੇ ਕਿਸੇ ਮਹਿਕਮੇ 'ਚ ਆਪਣੀ ਚੰਗੀ ਪਰਫਾਰਮੈਂਸ ਦਿਖਾਉਂਦੇ ਆ ਪਬਲਿਕ ਸਪੋਰਟ ਦੇ ਨਾਲ,
ਸਾਨੂੰ ਤੁਸੀਂ ਹੋਰ ਵੀ ਮਹਿਕਮਿਆਂ ਦੀ ਮੰਗ ਕਰ ਸਕਦੇ ਹੋ ਕਿ ਮੈਂ ਬਾਕੀ ਮਹਿਕਮਿਆਂ 'ਚ ਵੀ ਥੋੜ੍ਹਾ ਕਰੂੰਗਾ, ਪਰ ਇਸ ਗੱਲੋਂ ਮੇਰਾ ਖਿਆਲ ਹੈ ਕਿ ਥੋੜ੍ਹਾ ਜਿਹਾ ਚੀਫ ਮਿਨਿਸਟਰ ਸਾਹਿਬ ਨੂੰ ਵੀ ਦੇਖ ਲੈਣਾ ਚਾਹੀਦਾ ਸੀਗਾ ਕਿ ਕਿਹੜਾ ਕਿਸ ਤਰ੍ਹਾਂ ਹੁਣ ਇਹ ਖਲਾਰਾ ਪਿਆ, ਇਹਦਾ ਪਹਿਲਾਂ ਹੀ ਕਰਨਾਟਕਾ 'ਚ ਪੂਰਾ ਨਾਟਕ ਹੋ ਰਿਹਾ ਆ, ਹੋਰ ਜਗ੍ਹਾ ਦੇ ਉੱਤੇ ਵੀ ਹਾਲਤ ਬਹੁਤੀ ਕੋਈ ਚੰਗੀ ਨਹੀਂ, ਜਿਸ ਕਿਸਮ ਦਾ ਹਾਲਾਤ ਅਨਇਕੁਅਲ ਪਾਵਰ ਹੈਗੀ ਆ, ਤਾਂ ਇੱਥੇ ਇਹੋ ਜਿਹੇ ਸੰਕਟ ਨੂੰ ਇਹ ਕਾਂਗਰਸ ਦੇ ਪੁਆਇੰਟ ਆਫ ਵਿਊ ਨਾਲ ਮੈਂ ਕਹਿ ਰਿਹਾ ਕਿ ਇਹ ਥੋੜ੍ਹਾ ਜਿਹਾ ਉਸਨੂੰ ਸਹੀ ਕਰਨ ਦੇ ਵਿੱਚ ਹੀ ਫਾਇਦਾ ਹੁੰਦਾ ਆ, ਨਹੀਂ ਤੇ ਅਦਰਵਾਈਜ਼ ਇਹ ਫਿਰ ਅਜੇ ਤੇ ਉਂਝ ਚਲੋ ਇਹਨਾਂ ਕੋਲ ਕਰਨਾਟਕਾ ਵਾਲੀ ਪੋਜੀਸ਼ਨ ਪ੍ਰੀਕੇਰੀਅਸ ਨਹੀਂ ਹੈਗੀ, 78 ਬੰਦੇ ਹੈਗੇ ਆ ਔਰ ਸਟੇਬਲ ਗੌਰਮੈਂਟ ਹੈ, ਪਰ ਗੌਰਮੈਂਟ ਦੀ ਫੰਕਸ਼ਨਿੰਗ ਦੇ ਉੱਤੇ ਬੜਾ ਅਸਰ ਪੈਂਦਾ, ਆਲਰੇਡੀ ਲੋਕ ਕੋਈ ਬਹੁਤੇ ਖੁਸ਼ ਨਹੀਂ ਹੈਗੇ ਆਲੂਵਾਲੀਆ ਜੀ। ਪ੍ਰੋਫੈਸਰ ਸਾਹਿਬ ਇੱਕ ਗੱਲ ਇਹ ਵੀ ਸਾਹਮਣੇ ਆ ਰਹੀ ਸੀ ਕਿ ਨਵਜੋਤ ਸਿੰਘ ਸਿੱਧੂ ਨੂੰ ਯੂਜ਼ ਕੀਤਾ ਗਿਆ, ਇਲੈਕਸ਼ਨ ਕੰਪੇਨਿੰਗ ਕਰਾਈ ਗਈ, ਹੁਣ ਨਾ ਤਾਂ ਰਾਹੁਲ ਗਾਂਧੀ ਉਹਨਾਂ ਦਾ ਹੱਥ ਫੜ ਰਹੇ ਨੇ, ਨਾ ਉਹਨਾਂ ਦਾ ਪ੍ਰਿਯੰਕਾ ਗਾਂਧੀ ਹੱਥ ਫੜ ਰਹੇ ਨੇ, ਹਾਈਕਮਾਨ ਦੇ ਜਿਹੜੇ ਸੀਨੀਅਰ ਲੀਡਰ ਨੇ ਕੋਈ ਵੀ ਨਵਜੋਤ ਸਿੰਘ ਸਿੱਧੂ ਨੂੰ ਸੁਣਨਾ ਨਹੀਂ ਚਾਹੁੰਦਾ। ਨਵਜੋਤ ਸਿੰਘ ਸਿੱਧੂ ਆਪਣੀ ਫਰਿਆਦ ਦਿੱਲੀ ਪਹੁੰਚਾ ਰਹੇ ਨੇ ਲੇਕਿਨ ਦਿੱਲੀ ਤੱਕ ਉਹਨਾਂ ਦੀ ਫਰਿਆਦ ਜਾ ਨਹੀਂ ਰਹੀ। ਉਸ ਤੋਂ ਬਾਅਦ ਦੂਜੀ ਗੱਲ ਅਗਰ ਮੈਂ ਵੇਖਾਂ ਤਾਂ ਨਵਜੋਤ ਸਿੰਘ ਸਿੱਧੂ ਦੇ ਜਿਹੜੇ ਆਪ ਦੇ ਮਿਨਿਸਟਰਸ ਨੇ ਉਹ ਵੀ ਉਹਨਾਂ ਨੂੰ ਸਪੋਰਟ ਨਹੀਂ ਕਰ ਰਹੇ, ਕੈਬਨਿਟ ਜਿਹੜੇ ਮਿਨਿਸਟਰਸ ਨੇ ਉਹ ਨਵਜੋਤ ਸਿੰਘ ਸਿੱਧੂ ਨੂੰ ਡਿਸਲਾਈਕ ਕਰਦੇ ਹਨ, ਤਾਂ ਨਵਜੋਤ ਸਿੰਘ ਸਿੱਧੂ ਦੀ ਇਸ ਟਾਈਮ ਸਥਿਤੀ ਕੀ ਬਣੀ ਹੋਏਗੀ, ਕਿਸ ਮੈਂਟਲ ਸਟ੍ਰੈਸ ਤੋਂ ਉਹ ਗੁਜ਼ਰ ਰਹੇ ਹੋਣਗੇ? ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ ਆਬਜ਼ਰਵੇਸ਼ਨ ਕਿ ਕੁਦਰਤੀ ਹੈਗਾ ਕਿ ਜਿੱਥੇ ਸੱਤਾ ਹੋਏ ਬਹੁਤੀਆਂ, ਜਿੱਥੇ ਗੁੜ ਹੋਏ ਮੱਖੀਆਂ ਬਹੁਤੀਆਂ ਉੱਧਰ ਨੂੰ ਭੱਜਦੀਆਂ, ਤੇ ਇਸ ਵੇਲੇ ਕਿਉਂਕਿ ਸੈਂਟਰ ਵਾਲਾ ਜਿਹੜਾ ਸੱਤਾ ਦਾ ਕੇਂਦਰ ਆ ਉਹ ਹਿੱਲ ਗਿਆ ਹੋਇਆ ਔਰ ਉਹਦੀ ਜਗ੍ਹਾ ਪੰਜਾਬ ਵਾਲਾ ਸੱਤਾ ਦਾ ਕੇਂਦਰ ਅਜੇ ਇੰਟੈਕਟ ਹੈਗਾ ਆ, ਚੀਫ ਮਿਨਿਸਟਰ ਸਾਹਿਬ ਰਾਜਾ ਜੀ ਜਿਹੜੇ ਅਮਰਿੰਦਰ ਸਿੰਘ ਹੈ ਉਹਨਾਂ ਉਹਦੇ ਚੀਫ ਮਿਨਿਸਟਰ ਹੈਗੇ ਹੀ ਹੈ ਤੇ ਔਰ ਪੰਜਾਬ ਦੀ ਗੌਰਮੈਂਟ ਆ ਉਹਨਾਂ ਦੇ ਕੋਲ ਔਰ ਖਾਸੀ ਮੈਜੋਰਿਟੀ ਹੈ। ਪ੍ਰੋਫੈਸਰ ਸਾਹਿਬ ਕੁਦਰਤੀ ਹੈ ਜਿਹੜੇ ਸਾਡੇ NRI ਭਰਾ ਤਾਂ ਨਵਜੋਤ ਸਿੰਘ ਸਿੱਧੂ ਨੂੰ ਤਾਂ ਨੈਕਸਟ CM ਵਜੋਂ ਦੇਖਣਾ ਸ਼ੁਰੂ ਕਰ ਦਿੱਤਾ ਸੀਗਾ ਉਹਨਾਂ ਨੇ ਕਿ ਅੱਜ ਵੀ ਉਹਨਾਂ ਦੇ ਕੋਲ ਉਹ ਰਿਸਪੋਂਸੀਬਿਲਿਟੀ ਉਹਨਾਂ ਦੇ ਕੰਧਿਆਂ ਦੇ ਉੱਤੇ ਹੈ, ਤੁਹਾਨੂੰ ਲੱਗਦਾ ਹੈ ਕਿ ਇਨ ਫਿਊਚਰ ਉਹਨਾਂ ਨੂੰ CM ਵੇਖਿਆ ਜਾ ਸਕਦਾ ਹੈ? ਲੇਕਿਨ ਹੁਣ ਉਹਨਾਂ ਨੇ ਪਾਵਰ ਮਿਨਿਸਟਰੀ ਅਗਰ ਨਹੀਂ ਸਾਂਭੀ ਜਾਂ ਉਹਦਾ ਉਹ ਕਾਰਜਭਾਰ ਨਹੀਂ ਸਾਂਭਰੇ ਤਾਂ ਉਹਨਾਂ ਨੂੰ ਆਪਾਂ ਕਿਸ ਤਰੀਕੇ ਨਾਲ ਵੇਖੀਏ? ਤੁਸੀਂ ਜ਼ਿਆਦਾ ਐਨਾਲਿਸਿਸ ਕਰ ਸਕਦੇ ਹੋ। ਮੈਂ ਨਹੀਂ ਬਿਲਕੁਲ ਠੀਕ, ਇਹ ਗੱਲ ਸਭ ਤੋਂ ਅਹਿਮ ਗੱਲ ਜਿਹੜਾ ਸਵਾਲ ਤੁਹਾਡਾ ਸਾਰੀ ਆਪਣੀ ਇਸ ਚਰਚਾ ਦਾ ਇਹੀ ਹੈ ਕਿ ਉਹ ਕਿੱਥੇ ਸਭ ਤੋਂ ਵੱਧ ਕੰਮ ਕਰ ਸਕਦੇ ਆ ਔਰ ਕਿਵੇਂ ਤੇ ਕਿੰਨਾ ਕਰ ਸਕਦੇ ਆ ਸਿੱਧੂ ਸਾਹਿਬ। ਉਹਦੇ ਚ ਮੇਰੇ ਮੁਤਾਬਕ ਦੇਖੋ ਉਹਨਾਂ ਦੀ ਛਵੀ ਬੜੀ ਚੰਗੀ ਆ, ਪਾਪੂਲਰ ਆ, ਮਾਸ ਮੋਬਿਲਾਈਜ਼ਰ ਆ, ਕਰਾਊਡ ਪੂਲਰ ਜਿਹਨੂੰ ਕਹਿੰਦੇ, ਲੋਕ ਉਹਨਾਂ ਨੂੰ ਸੁਣਨਾ ਚਾਹੁੰਦੇ ਆ, ਮੈਂ ਬੜਾ ਹੈਰਾਨ, ਬੜੀ ਇੱਜ਼ਤ ਵੀ ਕਰਦੇ, ਪਰ ਜਿਹੜਾ ਸੂਬੇ ਨੂੰ ਚਲਾਉਣਾ, ਪਾਰਟੀ ਨੂੰ ਚਲਾਉਣਾ, ਅੱਗਿਓਂ ਚੱਲ ਕੇ ਚਲਾਉਣਾ, ਉਹਦੇ ਲਈ ਕਈ ਕਿਸਮ ਦੀਆਂ ਹੋਰ ਵੀ ਕੁਆਲੀਫਿਕੇਸ਼ਨ ਚਾਹੀਦੀਆਂ। ਫਾਰ ਇੰਸਟੈਂਸ ਹਰ ਇੱਕ ਨੂੰ ਨਾਲ ਲੈ ਕੇ ਚੱਲਣਾ, ਟੀਮ ਲੀਡਰ ਹੋਣਾ, ਆਪਣੀ ਜਿਹੜੀ ਜੇ ਕੋਈ ਕਰਵਾਉਣੀ ਵੀ ਆ ਗੱਲ ਤੇ ਉਹਦੇ ਤਾਂ ਤੇ ਸਿੱਧੇ ਸਿੱਧੇ ਨਹੀਂ, ਕਿਹੜੇ ਰਾਜਨੀਤਿਕ ਪਿਉਂਤੜੇਬਾਜ਼ੀ, ਉੱਥੇ ਥੋੜ੍ਹਾ ਜਿਹਾ ਮੈਨੂੰ ਲੱਗਦਾ ਉਹ ਸਿੱਧਾ ਸਿੱਕਾ ਮਾਰਨ ਵਾਲੇ ਤੇ ਹੈਗੇ ਆ, ਪਰ ਜਿਹੜਾ ਬਾਕੀ ਚੀਜ਼ਾਂ ਜਿਹੜੀਆਂ ਪਛਾਹ ਕਿਵੇਂ ਹਟਣਾ, ਤਾਂ ਕਿਵੇਂ ਜਾਣਾ, ਉਹ LBW ਹੋ ਜਾਂਦੇ ਹਨ ਕ੍ਰਿਕਟ ਦੀ ਭਾਸ਼ਾ ਦੇ ਵਿੱਚ ਕਹੀਏ ਤਾਂ ਕਲੀਨ ਬੋਲ ਹੋ ਜਾਂਦੇ ਹਨ। ਇਸ ਕਰਕੇ ਇਹ ਦਿੱਕਤ ਬੜੀ ਭਾਰੀ ਹੈਗੀ ਉਹਨਾਂ ਦੀ ਕਿ ਉਹ ਸੱਤਾ 'ਚ ਲੋਕਾਂ ਨੂੰ ਜਾਂ ਕਿਸੇ ਵੀ ਪਾਰਟੀ ਨੂੰ ਲਿਆ ਸਕਦੇ ਆ, ਇੰਨਾ ਉਹਨਾਂ ਦਾ ਹੈਗਾ ਆ, ਪਰ ਉਹ ਸੱਤਾ ਨੂੰ ਚਲਾਉਣਾ ਕਿਵੇਂ ਆ ਜਾਂ ਉਹਦੇ ਤੋਂ ਗਾਂਹ ਕੋਈ ਰਿਜ਼ਲਟ ਕਿਵੇਂ ਕੱਢਣੇ ਆ, ਉੱਥੇ ਆ ਕੇ ਥੋੜ੍ਹੀ ਦਿੱਕਤ। ਉੱਥੇ ਜੇ ਉਹ ਆਪਣੀ ਕਿਸੇ ਟੀਮ ਦੀ ਗੱਲ ਨਾ ਸਲਾਹ ਨਾ ਚੱਲਣ ਲੱਗ ਪੈਣ ਤੇ ਫਿਰ ਉਹ ਸੋਨੇ ਦੇ ਸੁਹਾਗਾ ਹੋ ਸਕਦਾ, ਅਦਰਵਾਈਜ਼ ਇਹ ਇੱਕ ਮੈਂ ਇਸਨੂੰ ਕਮੀ ਸਮਝਦਾ ਹਾਂ ਕਿ ਸਾਰਾ ਕੁਝ ਕਰਨ ਤੋਂ ਬਾਅਦ ਜੇ ਤੁਸੀਂ ਚਲਾ ਨਾ ਸਕੋ ਤਾਂ ਫਿਰ ਉਹ ਇੱਕ ਲੋਕਾਂ ਨੂੰ ਕੁਛ ਦੇਰ ਬਾਅਦ ਨਿਰਾਸ਼ਾ ਹੱਥ ਲੱਗਦੀ ਹੈ। ਜਦ ਸੈਰ ਸਪਾਟਾ ਮਿਨਿਸਟਰੀ ਉਹਨਾਂ ਦੇ ਕੋਲ ਸੀਗੀ ਤਾਂ ਕਿਸ ਤਰੀਕੇ ਦਾ ਉਹਨਾਂ ਨੇ ਕੰਮ ਕੀਤਾ, ਉਹ ਵੀ ਥੋੜਾ ਜਿਹਾ ਐਨਾਲਿਸਿਸ ਕਰ ਦੋ ਥੋੜੀ ਜੀ। ਇਹ ਗੱਲ ਵੀ ਇੱਕ ਚਰਚਾ ਦੇ ਵਿੱਚ ਹੈਗੀ ਹੈ ਕਿ ਜੋ ਜਿੰਨਾ ਚਿਰ ਪਹਿਲਾਂ ਜਿਹੜੀ ਉਹਨਾਂ ਕੋਲ ਮਿਨਿਸਟਰੀ ਰਹੀ ਹੈ ਕਿ ਉਹਦੇ 'ਚ ਕੋਈ ਬਹੁਤਾ ਕੰਮ ਜਿਹੜਾ ਅਲੱਗ ਤੌਰ ਤੇ ਨਜ਼ਰ ਆਏ ਉਹ ਨਹੀਂ ਦਿਖਿਆ, ਕੁਛ ਹਾਲਾਤ ਵੀ ਸੀਗੇ, ਕੁਛ ਕੀਤਾ ਵੀ ਨਹੀਂ। ਹਾਲਾਤ ਇਸ ਤਰ੍ਹਾਂ ਕਿ ਕੁਛ ਇਲੈਕਸ਼ਨ ਆ ਗਈ, ਕੁਛ ਉਹਦੇ ਤੇ ਚਲੇ ਗਏ, ਕੰਪੇਨ ਤੇ ਚਲੇ ਗਏ, ਇਹ ਚਲੇ ਗਏ, ਤੇ ਮੈਂ ਜਿਵੇਂ ਇਹ ਗੱਲ ਕਹੀ ਹੈ ਕਿ ਕੰਮ ਕਰਨਾ ਕਰਾਉਣਾ ਉਹ ਇੱਕ ਦੂਜੀ ਗੱਲ ਹੈ ਔਰ ਕਿਸੇ ਲਈ ਇੱਕ ਵਧੀਆ ਵਹੀਕਲ ਬਣ ਜਾਣਾ ਕਿਤੇ ਮੰਜ਼ਿਲ ਤੇ ਪਹੁੰਚਾਉਣ ਲਈ ਕਿਸੇ ਵੀ ਪਾਰਟੀ ਨੂੰ, ਉਹ ਇੱਕ ਦੂਜੀ ਗੱਲ ਹੈਗੀ ਆ, ਤੇ ਇਹਦੇ 'ਚ ਕੋਈ ਦੋ ਰਾਏ ਨਹੀਂ ਕਿ ਉਹ ਉਹਨੇ ਦੀ ਛਵੀ ਬਹੁਤ ਚੰਗੀ ਹੈ। ਜੇ NRI ਇੰਝ ਸੋਚਦੇ ਆ ਤਾਂ ਬਿਲਕੁਲ ਉਸ ਪਰਸਪੈਕਟਿਵ ਨਾਲ ਸੋਚਦੇ ਆ, ਪਰ ਸਾਨੂੰ ਨਾਲ ਇਹ ਜ਼ਰੂਰ ਸੋਚਣਾ ਚਾਹੀਦਾ ਕਿ ਜਿਹੜਾ ਐਜ਼ ਏ ਗੁੱਡ ਲੀਡਰ ਜਿਵੇਂ ਪ੍ਰਕਾਸ਼ ਸਿੰਘ ਬਾਦਲ ਹੁਣੀ ਹੈਗੇ ਆ, ਉਹਨਾਂ ਨੇ ਉਹ ਆਪਣਾ ਜਿਹੜਾ ਟੇਲੈਂਟ ਆ, ਕਲਾ ਆ,
ਕਿੱਥੇ ਵਰਤਣੀ ਹੈ ਉਹਨਾਂ ਦੀ ਮਰਜ਼ੀ ਹੈ, ਚੰਗੇ ਕੰਮ ਲਈ ਵਰਤਣੀ ਆ, ਮਾੜੇ ਕੰਮ ਲਈ ਵਰਤਣੀ ਆ, ਸਿੱਖੀ ਨੂੰ ਬਚਾਉਣ ਲਈ ਜਾਂ ਸਿੱਖੀ ਨੂੰ ਢਾਹ ਲਾਉਣ ਲਈ ਜਾਂ ਰਾਜਨੀਤੀ ਨੂੰ ਢਾਹ ਲਾਉਣ ਲਈ, ਪਰ ਐਜ ਸੱਚ ਉਹਨਾਂ ਨੇ ਇੱਕ ਮਹਾਰਤ ਕਾਫੀ ਪਾਈ ਹੈ ਤੇ ਉਸ ਕਿਸਮ ਦੀ ਜਿਹੜੀ ਸਹਿਜ ਤੇ ਟੀਮ ਲੀਡਰ ਵਾਲੀ ਗੱਲ ਹੁੰਦੀ ਹੈ ਉਹ ਥੋੜੀ ਜ਼ਰੂਰੀ ਹੁੰਦੀ ਹੈ। ਹਾਂਜੀ ਠੀਕ ਹੈ, ਮਿਹਰਬਾਨੀ ਤੁਹਾਡੀ ਪ੍ਰੋਫੈਸਰ ਸਾਹਿਬ, ਬਹੁਤ ਬਹੁਤ ਤੁਸੀਂ ਆਪਣਾ ਕੀਮਤੀ ਸਮਾਂ ਕੱਢਿਆ ਔਰ ਸਾਨੂੰ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ, ਆਪਣੇ ਵਿਚਾਰ ਸਾਡੇ ਨਾਲ ਰੱਖੇ, ਬਹੁਤ ਬਹੁਤ ਮਿਹਰਬਾਨੀ ਤੁਹਾਡੀ, ਥੈਂਕ ਯੂ। ਸੋ ਇਹ ਸੀਗੇ ਪ੍ਰੋਫੈਸਰ ਮਨਜੀਤ ਸਿੰਘ ਜਿਨ੍ਹਾਂ ਨੇ ਟਿੱਪਣੀ ਕੀਤੀ ਇਸ ਵਿਸ਼ੇ ਦੇ ਉੱਤੇ। ਮੈਂ ਵੇਖ ਪਾ ਰਿਹਾ ਕਾਫੀ ਸਾਰੇ ਕਾਲਰਸ ਵੀ ਸਾਡੇ ਨਾਲ ਜੁੜ ਚੁੱਕੇ ਹਨ, ਜੇਕਰ ਤੁਸੀਂ ਵੀ ਕਾਲ ਕਰਕੇ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਤਾਂ ਇਸ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਲਵਾਂਗੇ ਤੁਹਾਡੇ ਫੋਨ ਕਾਲਸ, ਲੇਕਿਨ ਇਸ ਬ੍ਰੇਕ ਤੋਂ ਉਸ ਪਾਰ। ਅਤੇ ਹੁਣ ਸਮਾਂ ਜੀ ਤੁਹਾਡੇ ਫੋਨ ਕਾਲਸ ਦਾ, ਸ਼ੁਰੂਆਤ ਕਰਦੇ ਆਪਣੀ ਕਾਲਰਸ ਦੀ ਕਾਲਸ ਲੈਣ ਦਾ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣ ਰਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ਼੍ਰੀ ਅਕਾਲ ਸਰ ਜੀ। ਸਤਿ ਸ਼੍ਰੀ ਅਕਾਲ ਜੀ, ਚਰਨ ਸਿੰਘ ਪ੍ਰੇਮਪੁਰਾ ਬੋਲਦਾ ਜੀ। ਹਾਂਜੀ ਪ੍ਰੇਮਪੁਰਾ ਸਾਹਿਬ, ਠੀਕ ਹੋ, ਕੀ ਕਰਾ ਰਹੇ ਹੋ ਸਿੱਧੂ ਸਾਹਿਬ ਦਾ? ਮੇਰੀ ਗੱਲ ਸੁਣੋ, ਮਾਣਦਾਰ ਬੰਦੇ ਦਾ ਸਿਆਸਤ ਵਿੱਚ ਕਿਰੇ ਵੀ ਜਗ੍ਹਾ ਨਹੀਂ ਹੈਗੀ। ਹਾਂਜੀ ਸਿੱਧੂ ਸਾਹਿਬ ਕੱਲੇ ਪੰਜਾਬ ਦਾ ਨਹੀਂ ਸਾਰੀ ਇੰਡੀਆ ਦਾ ਮਾਣ ਨੇ। ਜਿੰਨੇ ਵੀ ਐਮ ਐਲ ਏ, ਜਿੰਨੇ ਵੀ ਐਮ ਪੀ ਨੇ, ਸਾਰਿਆਂ ਦੇ ਵਿੱਚੋਂ ਇੱਕ ਸਿੱਧੂ ਸਾਹਿਬ ਨੇ ਜਿਹੜੇ ਕੋਲੋਂ ਪੈਸੇ ਲਾ ਕੇ ਪਬਲਿਕ ਦਾ ਕੰਮ ਕਰਦੇ ਨੇ, ਇਹ ਤੇ ਇਹਨਾਂ ਨੂੰ ਪਾਉਂਦਾ ਨਹੀਂ ਸਾਰਿਆਂ ਨੂੰ। ਪ੍ਰੇਮਪੁਰਾ ਸਾਹਿਬ, ਲੇਕਿਨ ਗੱਲ ਇੱਥੇ ਇੱਕ ਵਿਰੋਧੀਆਂ ਵੱਲੋਂ ਇਹ ਸਵਾਲ ਖੜੇ ਕੀਤੇ ਜਾਂਦੇ ਨੇ ਕਿ ਨਵਜੋਤ ਸਿੰਘ ਸਿੱਧੂ ਇਮਾਨਦਾਰ ਨੇ, ਅਸੀਂ ਵੀ ਜਾਣਦੇ ਹਾਂ, ਤੁਸੀਂ ਵੀ ਇਸ ਗੱਲ ਨੂੰ ਜਾਣਦੇ ਹੋ, ਅਤੇ ਕੀ ਉਹਨਾਂ ਨੂੰ ਇੱਕ ਮਹੀਨਾ ਹੋ ਗਿਆ ਹੁਣ ਲਗਭਗ, ਕਿ ਉਹਨਾਂ ਨੂੰ ਆਪਣੀ ਮਿਨਿਸਟਰੀ ਨਹੀਂ ਸਾਹਮਣੀ ਚਾਹੀਦੀ ਸੀਗੀ? ਮਿਨਿਸਟਰੀ ਸਾਹਮਣ ਦਾ ਫਾਇਦਾ ਹੀ ਕੋਈ ਨਹੀਂ ਨਾ ਉਹਨਾਂ ਨੂੰ, ਫਿਰ ਅਸਤੀਫਾ ਦੇ ਦਿੰਦੇ ਉਹਨਾਂ ਨੂੰ, ਸਾਰਾ ਕੁਝ ਹੋਏਗਾ ਹੁਣ। ਉਹਨੂੰ ਡੈਮੇਜ ਇੰਨਾ ਕੁ ਕਰ ਰਹੇ ਨੇ ਵੀ ਉਹ ਜੀਣ ਜਗਾ ਨਾ ਰਹੇ। ਗੱਲ ਤੇ ਸਾਰੀ ਉਹਦੀ ਇਮਾਨਦਾਰੀ ਤੇ ਟੈਕ ਏ, ਸਾਹਮਣ ਸੁਮਣ ਦਾ ਨੀ ਹੈਗਾ, ਉਹਦੀ ਇਮਾਨਦਾਰੀ ਤੇ ਟੈਕ ਏ। ਮੈਂ ਤੁਹਾਨੂੰ ਕਿਹਾ ਵੀ ਸਾਰੀ ਇੰਡੀਆ ਦੇ ਵਿੱਚ ਅੱਜ ਤਰੁਣ ਚੁੱਗ ਨੇ ਕਿਹਾ, ਬੀਜੇਪੀ ਦੇ ਜਿਹੜੇ ਕੌਮੀ ਸਕੱਤਰ ਨੇ, ਕਿ ਜੇ ਨਵਜੋਤ ਸਿੰਘ ਸਿੱਧੂ ਨੇ ਨਹੀਂ ਸਾਹਮਣੀ, ਜੇ ਉਹ ਵਿਚਾਰ ਕਰਨਾ ਚਾਹੁੰਦੇ ਹਨ ਤਾਂ ਫਿਰ ਆਪਣੇ ਅਸਤੀਫੇ ਤੋਂ, ਆਪਣਾ ਪਦ ਤੋਂ ਅਸਤੀਫਾ ਦੇ ਦੇਣ, ਕਿਉਂ ਪੰਜਾਬ ਦੇ ਖਜ਼ਾਨੇ ਦੇ ਉੱਤੇ ਬੋਝ ਬਣੇ ਹੋਏ? ਵਿਰੋਧੀ ਜੋ ਮਰਜ਼ੀ ਕਰੀ ਜਾਣ, ਉਹ ਪੰਜਾਬ ਦੇ ਖਜ਼ਾਨੇ ਚ ਕੁਛ ਖਾ ਰਹੇ ਨੇ, ਉਹਦੇ ਪੱਲਿਓਂ ਲਾਉਂਦੇ ਨੇ। ਵਿਰੋਧੀ ਜੋ ਮਰਜ਼ੀ ਬੋਲੀ ਜਾਣ, ਮਾਣਦਾਰੀ ਦਾ ਸਿਆਸਤ ਦੇ ਵਿੱਚ ਥਾਂ ਨਹੀਂ। ਚਲੋ ਮਿਹਰਬਾਨੀ ਪ੍ਰੇਮਪੁਰਾ ਸਾਹਿਬ, ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਹੋ, ਕੌਣ ਬੋਲ ਰਹੇ, ਕਿੱਥੋਂ ਬੋਲ ਰਹੇ? ਹੈਲੋ, ਸਤਿ ਸ਼੍ਰੀ ਅਕਾਲ ਬਾਈ ਜੀ, ਮੈਂ ਸ਼ੇਰਗਿੱਲ ਬੋਲਦਾ ਲਾਸ ਏਂਜਲਸ ਤੋਂ। ਸਤਿ ਸ਼੍ਰੀ ਅਕਾਲ ਸ਼ੇਰਗਿੱਲ ਸਾਹਿਬ, ਠੀਕ ਹੋ? ਹਾਂਜੀ ਠੀਕ ਹੈ ਜੀ। ਬਾਈ ਜੀ, ਮੈਂ ਤਾਂ ਇਹ ਕਹੂੰਗਾ ਵੀ ਜੇ ਇਹੋ ਜਿਹੀ ਧਾਰਨੀ ਦਾ ਮਾਲਕ ਨਵਜੋਤ ਸਿੰਘ ਸਿੱਧੂ ਹੈ ਨਾ, ਜੇ ਬੇਬਾਕ ਹੈ, ਉਹੋ ਜਿਹੀ ਬੇਬਾਕੀ ਜਿਹੜੀਆਂ ਸਾਡੀਆਂ ਪੋਲੀਟੀਕਲ ਪਾਰਟੀਆਂ ਨਾ, ਜਿਹੜੀਆਂ ਖਾਸ ਕਰਕੇ ਰਵਾਇਤੀ ਪਾਰਟੀਆਂ, ਅਕਾਲੀ ਦਲ ਲੈ ਲਓ ਜਾਂ ਕਾਂਗਰਸ ਲੈ ਲਓ ਤੇ ਭਾਜਪਾ ਲੈ, ਉਹਨਾਂ ਨੂੰ ਹੀ ਉਹਨਾਂ ਦੀ ਘੇਰੇਬੰਦੀ ਮੁਤਾਬਕ ਇਹ ਫਿੱਟ ਹੀ ਨਹੀਂ ਬੈਠਦਾ ਜੀ। ਐਸਾ ਦੱਸਾਂ, ਠੀਕ ਹੈ ਜੀ, ਕਈ ਵਾਰ ਆਪਾਂ ਬੇਬਾਕੀ ਜੇ ਬੋਲਦੇ ਹਾਂ, ਕਈ ਵਾਰ ਗਲਤੀ ਵੀ ਹੋ ਜਾਂਦੀ ਹੈ, ਕਿਉਂਕਿ ਜ਼ਿਆਦਾ ਬੋਲਣਾ ਵੀ, ਕਿਉਂਕਿ ਪੋਲੀਟੀਕਲ, ਕਿਉਂਕਿ ਹੈਗਾ ਘੇਰਾ ਹੈਗਾ, ਉੱਥੇ ਘਾਟਾ ਪੈਂਦਾ, ਕਿ ਇਹੋ ਜਿਹੀ ਬੱਜਰ ਗਲਤੀ ਹੋ ਜਾਂਦੀ ਹੈ ਤੇ ਉਹਨੂੰ ਉਹਦਾ ਖਮਿਆਜ਼ਾ ਵੀ ਭੁਗਤਣਾ ਪੈਂਦਾ। ਆਈ ਥਿੰਕ ਨਵਜੋਤ ਸਿੰਘ ਸਿੱਧੂ ਹੀ ਇਜ਼ ਨਾਟ ਡਿਪਲੋਮੈਟਿਕ, ਜਿਸ ਕਰਕੇ ਉਹ ਜ਼ਿਆਦਾ ਬੋਲ ਜਾਂਦੇ ਹਨ। ਹਾਂਜੀ, ਜ਼ਿਆਦਾ ਬੋਲ ਜਾਂਦੇ ਤੇ ਜਿਹੜੀ ਇਹਨਾਂ ਨੂੰ ਜਿਹੜੀ ਜਿਵੇਂ ਤੁਸੀਂ ਕਹਿੰਦੇ ਯੂਜ਼ ਕੀਤਾ, ਜੂਦੇ 2017 ਚ ਵੀ ਕੀਤਾ, 19 ਚ ਵੀ ਕੀਤਾ, ਇਹਨਾਂ ਨੂੰ ਇਹੋ ਜਿਹੀ ਸੈਲੀਬ੍ਰਿਟੀ ਦੀ ਨਾ ਲੋੜ ਹੈ ਵੋਟ ਪਰਚੀ ਇਕੱਠਾ ਕਰਨ ਲਈ, ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉਹ ਇੱਕ ਇਕੱਠ ਕਰਨ ਦੇ ਵਿੱਚ, ਕਰਾਊਡ ਕਰਨ ਇਕੱਠ ਵਿੱਚ ਉਹ ਮਾਹਰ ਹੈਗਾ, ਲੋਕ ਉਹਨੂੰ ਚਾਹੁੰਦੇ ਆ, ਪਰ ਉਹ ਇੱਥੋਂ ਤੱਕ ਹੀ ਚਾਹੁੰਦੇ ਸੀ, ਕਿਉਂਕਿ ਇਹ ਪਾਰਟੀਆਂ ਜਿਹੜੀਆਂ ਲੀਡਰ ਹੈ, ਖਾਸ ਕਰਕੇ ਪ੍ਰਗਤ ਲੀਡਰ ਹੈ, ਇਹ ਇੱਕ ਦੂਜੇ ਦੀ ਬੈਕ ਸਕਰੈਚ ਕਰਦੇ ਆ, ਤੇ ਕਿਉਂਕਿ ਇਹਨਾਂ ਨੂੰ ਉੱਥੋਂ ਤੱਕ ਲੋੜ ਹੁੰਦੀ ਤਾਂ ਕਿ ਬਾਹਲਾ ਉਹ ਡੂੰਘਾ ਜਾਣ, ਜਾ ਕੇ ਵੈਰ ਪਾਉਣ, ਉਹ ਸਿੱਧੂ ਜੀ ਮੇਰੇ ਖਿਆਲ ਸੀਮਾ ਪਾਰ ਕਰ ਗਏ ਆ ਰੜੀ। ਤੇ ਹੁਣ ਜਿਹੜੀ ਗੱਲ ਮੈਂ ਕਹੂੰਗਾ ਵੀ ਦੂਜਾ, ਜਿਹੜੇ ਨੁਮਾਇੰਦੇ ਚੁਣੇ ਜਾਂਦੇ ਜਾਂ ਮੰਤਰੀ ਬਣਦੇ ਆ ਬਾਈ ਜੀ, ਮੈਂ ਤਾਂ ਉਹ ਕਹੂੰਗਾ ਵੀ ਉਹਨਾਂ ਨੂੰ ਜਿਹੜੀ ਵੀ ਧਰਮ ਹੈ ਆਪਦੀ ਇਮਾਨਦਾਰੀ ਨਾਲ ਪੂਰੀ ਕਰਨੀ ਚਾਹੀਦੀ ਹੈ, ਕਿਉਂਕਿ ਲੋਕਾਂ ਨਾਲ ਫੇਰ ਹੈ, ਹੁਣ ਹੋਣਾ ਚਾਹੀਦਾ, ਕਿਉਂਕਿ ਲੋਕਾਂ ਦੇ ਪੈਸੇ ਲੱਗੇ ਹੁੰਦੇ ਆ, ਟਾਈਮ ਹੁੰਦਾ। ਤੇ ਦੂਜਾ ਮੈਂ ਕਹੂੰਗਾ, ਇਲੈਕਸ਼ਨ ਕਮਿਸ਼ਨ ਨੂੰ ਵੀ ਕਾਨੂੰਨ ਇਹੋ ਜਿਹਾ ਜ਼ਰੂਰ ਬਣਨਾ ਚਾਹੀਦਾ, ਜਿਹੜਾ ਕੋਈ ਮੰਤਰੀ ਜਾਂ ਐਮ ਐਲ ਏ ਜਾਂ ਕੋਈ ਵਿਧਾਨ ਸਭਾ ਦਾ ਲੋਕ ਸਭਾ ਦਾ ਛੱਡ ਕੇ ਜਾਂਦਾ ਰਿਜਾਇਨ ਕਰਕੇ ਬਿਨਾਂ ਕਿਸੇ ਕਾਰਨ ਤੋਂ ਪਾਰਟੀ ਬਦਲਦਾ, ਉਹਦੇ ਤੇ ਇੱਕ ਪਾਬੰਦੀ ਲੱਗਣੀ ਚਾਹੀਦੀ ਹੈ ਵੀ ਉਹ ਇਲੈਕਸ਼ਨ ਨਾ ਲੜ ਸਕੇ, ਤੇ ਉਹਦੇ ਤੇ ਜਿਹੜਾ ਅਗਲੀ ਇਲੈਕਸ਼ਨ ਹੋਣੀ ਆ, ਬਾਈ ਇਲੈਕਸ਼ਨ ਹੁੰਦੀ ਆ ਬਾਈ ਚਾਂਸ, ਕਈ ਵਾਰ ਇਹ ਐਮ ਐਲ ਏ ਹੁੰਦੇ ਹੋਏ ਆ ਵੀ ਐਮ ਪੀ ਦੀ ਚੋਣ ਲੜਦੇ ਨੇ, ਸੁਖਬੀਰ ਬਾਦਲ ਲੜੀ ਆ, ਉਹਨੂੰ ਤੇ ਜਿਮਨੀ ਚੋਣ ਹੋਊ, ਉਹਦਾ ਖਰਚਾ ਵੀ ਉਹਨਾਂ ਤੇ ਪਾਉਣਾ ਚਾਹੀਦਾ, ਇਹਨਾਂ ਗੱਲਾਂ ਤੇ ਪਾਬੰਦੀ ਹੋਣੀ ਚਾਹੀਦੀ ਆ, ਤਾਂ ਕਿ ਆਪਦੀ ਜਿਹੜੀ ਕਰਮ ਹੈ ਇਮਾਨਦਾਰੀ ਨਾਲ ਨਿਭਾ ਸਕਣ,
ਨਾ ਕਿ ਲੋਕਾਂ ਨਾਲ ਖਿਲਵਾੜ ਕਰ ਸਕਣ ਬਾਈ ਜੀ। ਠੀਕ ਹੈ ਜੀ, ਮਿਹਰਬਾਨੀ ਸ਼ੇਰਗਿੱਲ ਸਾਹਿਬ ਤੁਹਾਡੀ ਆਪਣੇ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ? ਹਾਂਜੀ ਸਤਿ ਸ਼੍ਰੀ ਅਕਾਲ ਜੀ। ਜੀ ਬਾਈ ਜੀ, ਮੈਂ ਗੱਲ ਕਹਿਣੀ ਚਾਹੁੰਦਾ ਜੀ, ਇਹ ਨਵਜੋਤ ਸਿੱਧੂ ਕੋਲੇ ਜਿਹੜਾ ਮਹਿਕਮਾ ਸੀ ਨਾ ਜੀ, ਇਹ ਲਾ ਕੈਪਟਨ ਤੋਂ ਸਾਰਿਆਂ ਤੋਂ ਜਿੰਨੇ ਆ ਕਲੋਨੀਆਂ ਨਜਾਇਜ਼ ਨੇ, ਇਹਨਾਂ ਚੋਂ ਇਹਨਾਂ ਦੇ ਪੈਸੇ ਨਹੀਂ ਬਣ ਰਹੇ ਸੀਗੇ। ਮੈਂ ਲੁਧਿਆਣੇ ਨੂੰ ਬਿਲੋਂਗ ਕਰਦਾ, ਉੱਥੇ ਬਿਲਕੁਲ ਨਜਾਇਜ਼ ਕੰਮ ਹੁੰਦਾ, ਸਿੱਧੂ ਨੇ ਰੋਕਿਆ। ਇਹਨਾਂ ਦੇ ਹੋਰ ਕੋਈ ਪੇਸ਼ ਨਹੀਂ, ਉਹਨੂੰ ਖੁੱਡੇ ਲਾਉਣ ਦਾ ਵੀ ਬਿਜਲੀ ਮਹਿਕਮਾ ਦੇ ਦਿਓ, ਤੁਹਾਡੇ ਕੋਲੋਂ ਵੱਡੀ ਗੱਡੀ ਤੋਂ ਬਾਅਦ ਤੁਹਾਨੂੰ ਮਰੂਤੀ ਤੇ ਬਿਠਾ ਦਈਏ, ਬਹਿ ਜਾਓਗੇ ਤੁਸੀਂ? ਤੁਹਾਡੇ ਵੀ ਮੈਂ ਮਾਇੰਡ ਨਾ ਕਰਿਓ ਬੋਲਣ ਦਾ, ਤੁਹਾਡਾ ਲਹਿਜਾ ਵੀ ਰਿਜ਼ਾਈਨ ਦੇ ਦੇਣ। ਉਹ ਰਿਜ਼ਾਈਨ ਕਿਉਂ ਦੇ ਦੇਣ? ਉਹਨੇ ਤਾਂ ਮਹਿਕਮਾ ਸਾਂਭਿਆ ਹੀ ਨੀ ਗਾ, ਉਹ ਰਿਜ਼ਾਈਨ ਕਿਉਂ ਕਰੇ? ਉਹ ਤਾਂ ਉਹਦਾ ਐਗਰੀ ਹੋਈ ਨੀ ਮਹਿਕਮੇ ਨਾਲ ਉਸਦਾ। ਉਹ ਜਿਹਨੇ ਮਹਿਕਮਾ ਦਿੱਤਾ ਉਹਨੂੰ ਪਤਾ ਹੋਣਾ ਚਾਹੀਦਾ ਉਹ ਕਿਵੇਂ ਚਲਾਊਗਾ। ਉਹ ਕੈਪਟਨ ਨੇ ਦਿੱਤਾ, ਕੈਪਟਨ ਉਹਨਾਂ ਚਿਰ ਹੈਂਡਲ ਕਰੇ ਜਿੰਨਾ ਚਿਰ ਉਹ ਨਹੀਂ ਐਗਰੀ ਹੁੰਦਾ। ਤੇ ਇਹ ਬਿਲਕੁਲ ਜਿਹੜਾ ਬੰਦਾ ਸੱਚ ਸੱਚ ਦੇ ਨਾਲ ਖੜੋ ਜੇ ਅਸੀਂ ਪੰਜਾਬ ਨੂੰ ਬਚਾਉਣਾ, ਨਾ ਕਿ ਆਹ ਜਿਹੜੇ ਕਹਿ ਰਹੇ ਆ ਨਾ, ਇਹ ਸਾਰੇ ਉਹਨਾਂ ਦੀ ਬੋਲੀ ਬੋਲ ਰਹੇ ਆ ਵੀ ਇਹ ਚਾਰਜ ਲੈ ਲਵੇ, ਚਾਰਜ ਲੈ ਕੇ ਆਹ ਕੰਮ ਕਰੇ। ਉਹ ਚਾਰਜ ਕਿਉਂ ਲਵੇ? ਪਹਿਲਾਂ ਜਿਹੜਾ ਜਿਹੜੀ ਉਹ ਕਾਰਗੁਜ਼ਾਰੀ ਕਰ ਰਿਹਾ ਸੀ ਉਹਦੇ 'ਚ ਨੁਕਸ ਕੱਢੋ। ਇਹਨਾਂ ਨੇ ਉਹਦੇ ਤੇ ਵਿਜੀਲੈਂਸ ਦਾ ਰੇਡ ਕਰਾਇਆ, ਕੀ ਇਹ ਜਾਇਜ਼ ਆ? ਦੱਸੋ ਉਹਦੇ 'ਚ ਮਿਲਿਆ ਕੀ ਆ? ਜਾਂ ਤਾਂ ਉਹਨੂੰ ਕਹਿਣ ਵੀ ਇਹ ਆ ਗਲਤ ਕੰਮ ਕਰਦਾ ਸੀ, ਤੇ ਡਿਫੇਮ ਗਲਤ ਕੰਮ ਇਹ ਸੀ ਉਹਨੇ ਜਿਹੜਾ ਚੋਣਾਂ ਦੇ ਵਿੱਚ ਤੁਹਾਡਾ ਕਹਿਣ ਦਾ ਭਾਵ ਹੈ ਕਿ ਡਿਫੇਮ ਕੀਤਾ ਜਾ ਰਿਹਾ ਨਵਜੋਤ ਸਿੰਘ ਸਿੱਧੂ ਨੂੰ? ਖੇਡ ਦਾ ਰੌਲਾ ਜੀ, ਹੋਰ ਕੋਈ ਰੌਲਾ ਨਹੀਂ ਹੈ। ਚਲੋ ਚਲੋ, ਮਿਹਰਬਾਨੀ ਤੁਹਾਡੀ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝਾ ਕਰਨ ਦੇ ਲਈ। ਮੇਰੇ ਨਾਲ ਹੋਰ ਵੀ ਕਈ ਸਾਰੇ ਕਾਲਰਸ ਹਨ ਅਤੇ ਮੈਂ ਆਪਣੇ ਉਹਨਾਂ ਸਾਰੇ ਦਰਸ਼ਕਾਂ ਨੂੰ ਦਰਖਵਾਸਤ ਕਰਾਂਗਾ, ਜੇਕਰ ਤੁਸੀਂ ਵੀ ਟਿੱਪਣੀ ਕਰਨਾ ਚਾਹੁੰਦੇ ਹੋ ਇਸ ਮਤਲਬ ਤਾਂ ਮੈਨੂੰ ਹੇਠ ਲਿਖੇ ਨੰਬਰ ਦੇ ਉੱਤੇ ਕਾਲ ਕਰ ਸਕਦੇ ਹੋ, ਜਾਂ ਫਿਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ info@justbroadcasting.com, harkeerat@justbroadcasting.com ਦੇ ਉੱਤੇ। ਕਈ ਸਾਰੇ ਕਾਲਰਸ ਹੋਰ ਵੀ ਇਸ ਟਾਈਮ ਮੈਂ ਵੇਖ ਪਾ ਰਿਹਾ ਕਿ ਉਹਦੇ ਉੱਤੇ ਹਨ, ਲੇਕਿਨ ਲਵਾਂਗਾ ਮੈਂ ਤੁਹਾਡੇ ਫੋਨ ਕਾਲਸ ਇਸ ਬ੍ਰੇਕ ਤੋਂ ਬਾਅਦ। ਦੋਸਤੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ। ਕਾਫੀ ਸਾਰੇ ਕਾਲਰ ਸਿਸਟਮ ਕਾਲ ਦੇ ਉੱਤੇ ਹਨ, ਉਹਨਾਂ ਦੇ ਵਿਚਾਰ ਵੀ ਆਪਾਂ ਲੈ ਲੈਂਦੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੇ ਵਿਚਾਰ ਰੱਖ ਸਕਦੇ ਹੋ ਜੀ। ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਪਣੇ ਵਿਚਾਰ ਰੱਖ ਸਕਦੇ ਹੋ, ਤੁਸੀਂ ਆਉਣੇ ਰਹੋ ਜੀ। ਮੈਂ ਮੇਰੇ ਮੁਤਾਬਕ ਤੇ ਉਹਨਾਂ ਦੀ ਨਾ ਲੋਕਾਂ ਦੀ ਸਿੰਪਥੀ ਜਿਹੜੀ ਉਹਦੇ ਨਾਲ ਘਟਦੀ ਜਾਂਦੀ, ਜਾਂ ਤੇ ਮਤਲਬ ਕਿ ਜੇ ਨਹੀਂ ਉਹਦਾ ਦਿਲ ਮੰਨਦਾ ਤੇ ਉਹਨੂੰ ਆਪਣੇ ਰਿਜ਼ਾਈਨ ਕਰ ਦੇਣਾ ਚਾਹੀਦਾ ਤੇ MLA ਬਣਿਆ ਰਹਿਣਾ ਚਾਹੀਦਾ। ਠੀਕ ਹੈ, ਉਹ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਤੇ ਹੁਣ ਮਤਲਬ ਕਿ ਇਸ ਕਰਕੇ ਅਪੋਜੀਸ਼ਨ ਵਾਲੇ ਜਿਹੜੇ ਹਾਜ਼ਰ ਹੋਈ ਜਾਂਦੇ ਜੀ। ਬਸ ਮੈਂ ਦੇਣਾ ਹੀ ਕਹਾਂ। ਮਿਹਰਬਾਨੀ ਤੁਹਾਡੀ, ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹਾਂ ਮਾਣੀ, ਸਤਿ ਸ਼੍ਰੀ ਅਕਾਲ, ਗੁਰਦੇਵ ਗਰੇਵਾਲ ਬੋਲ ਰਿਹਾ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਦੇਖੀ, ਪਹਿਲੀ ਗੱਲ ਤਾਂ ਚੀਫ ਮਿਨਿਸਟਰ ਦਾ ਕੰਮ ਹੁੰਦਾ ਮੈਂ ਕਿਹੜੇ ਬੰਦੇ ਤੋਂ ਕੀ ਕੰਮ ਲੈਣਾ, ਠੀਕ ਹੈ ਨਾ ਜੀ। ਉਸ ਤੋਂ ਬਾਅਦ ਆਲੂਵਾਲ ਸਾਹਿਬ, ਇਹਦਾ ਫਰਜ਼ ਬਣਦਾ ਸੀ, ਆਪਣਾ ਚਾਰਜ ਲੈਂਦਾ, ਇਹ ਲੋਕਾਂ ਨੂੰ 8 ਤੋਂ 10 ਘੰਟੇ ਬਿਜਲੀ ਦਿੰਦਾ, ਇਹਨੇ ਆਪਣੇ ਆਪ ਹੀ ਲੋਕਾਂ 'ਚ ਚੌਂਕ ਜਾਣਾ ਸੀਗਾ ਜੀ। ਜਦ ਇਹਨੇ ਚਾਰਜ ਨਹੀਂ ਲਿਆ ਤਾਂ ਇਹਨੂੰ ਆਪਣੇ ਆਪ ਅਸਤੀਫਾ ਦੇ ਦੇਣਾ ਚਾਹੀਦਾ ਸੀ, ਆਹ ਬੈਨੀਫਿਟ ਨਹੀਂ ਲੈਣੇ ਚਾਹੀਦੇ ਸੀ। ਬਾਕੀ ਗੱਲ ਇਹ, ਜਿੱਥੇ ਵੀ ਜਾਊਗਾ ਇਹਨੇ ਟਿਕਣਾ ਨਹੀਂ ਗਾ। ਤੁਸੀਂ ਇਹਦਾ ਬੈਕ ਦੇਖ ਲਓ, ਕਦੇ ਕਿਤੇ ਕਦੇ ਕਿਤੇ ਕਦੇ ਕਿਤੇ। ਹੁਣ ਜੇ ਇਹਨੇ ਚਾਰਜ ਹੀ ਲੈਣਾ ਤਾਂ ਚੀਫ ਮਿਨਿਸਟਰ ਸਾਹਿਬ ਨੂੰ ਚਾਹੀਦਾ ਚੁੱਪ ਕਰਕੇ ਇਹਨੂੰ ਸਤਿ ਸ਼੍ਰੀ ਅਕਾਲ ਬੋਲ ਕੇ ਕਿਸੇ ਨੂੰ ਇਹ ਮਹਿਕਮੇ ਦਾ ਚਾਰਜ ਦੇਵੇ, ਤੇ ਇਹਨੂੰ ਚਾਹੀਦਾ ਮੈਂ ਬੈਨੀਫਿਟ ਨਾਲ ਲਵੇ ਤੇ ਆਪਣਾ ਅਸਤੀਫਾ ਦੇਵੇ। ਸਤਿ ਸ਼੍ਰੀ ਅਕਾਲ, ਇਹੀ ਕਹਿਣਾ ਸੀ। ਮਿਹਰਬਾਨੀ ਤੁਹਾਡੀ ਗਿਰਵਾਲ ਸਾਹਿਬ, ਆਪਣੇ ਵਿਚਾਰ ਮੇਰੇ ਨਾਲ ਸਾਂਝੇ ਕਰਨ ਦੇ ਲਈ। ਮੇਰੇ ਨਾਲ ਹੋਰ ਵੀ ਕਾਲਰਸ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਆਪਣੀ ਗੱਲ ਰੱਖ ਸਕਦੇ ਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ 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 ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਅਬਦੁਲਵਾਲੀਆ ਸਾਹਿਬ, ਰਾਜ ਕੁਮਾਰ ਬੋਲ ਰਿਹਾ। ਸਤਿ ਸ਼੍ਰੀ ਅਕਾਲ ਰਾਜ ਕੁਮਾਰ ਸਾਹਿਬ, ਠੀਕ ਹੋ? ਬਿਲਕੁਲ ਜੀ, ਕਿਰਪਾ ਬਹੁਤ ਸਾਰੀ ਆਪ ਜੀ ਦੀ। ਚਲੋ, ਕਿਰਪਾ ਗੁਰੂ ਸਾਹਿਬ ਦੀ ਹੋਣੀ ਚਾਹੀਦੀ ਹੈ। ਔਰ ਕੀ ਕਹਿਣਾ ਚਾਹੋਗੇ, ਕਿਹੜੀ ਕਿਰਪਾ ਵੇਖ ਰਹੇ ਹੋ ਨਵਜੋਤ ਸਿੰਘ ਸਿੱਧੂ ਦੇ ਉੱਤੇ? ਗੁਰੂਆਂ ਅੱਗੇ ਵੀ ਬੇਨਤੀ ਹੈ ਮੇਰੀ ਜੀ ਕਿ ਗੁਰੂ ਨਾਨਕ ਦੇਵ ਜੀ, ਸਿੱਧੂ ਆਪਣੇ ਸਿੱਧੇ ਬੰਦੇ ਤੇ, ਬਿਲਕੁਲ ਸਿੱਧੇ ਬੰਦੇ ਆ ਉਹ, ਜਿਹੜਾ ਪਲੇਅਰ ਹੁੰਦਾ ਬਿਲਕੁਲ ਸੱਚਾ ਬੰਦਾ ਹੁੰਦਾ ਜੀ ਜੀ।
ਤੇ ਉਹ ਬੜੀ ਸੱਚਾਈ ਤੇ ਕੰਮ ਕਰਦੇ ਆ, ਮਿਨਿਸਟਰੀ ਚਾਹੇ ਉਹਨਾਂ ਨੇ ਕੀਤੀ ਹੈ, ਜਿੰਨਾ ਵੀ ਚਿਰ ਕੀਤੀ ਹੈ ਬੜੇ ਸੱਚੇ ਦਿਲ ਨਾਲ ਕੀਤੀ ਹੈ, ਤੇ ਉਹ ਕੰਮ ਗੁਰੂ ਨਾਨਕ ਦੇਵ ਜੀ ਕਰ ਰਹੇ, ਗੁਰੂ ਨਾਨਕ ਨੇ ਮਿਹਰ ਕਰਨੀ ਹੈ ਅਸੀਂ ਆਪਣਾ ਉਹਨਾਂ ਦੇ ਕਿ ਬਿਲਕੁਲ ਉਹ ਅਜੇ ਉਹ ਉਹਨਾਂ ਦੀ ਪਾਰਟੀ ਦੇ ਕਿਸੇ ਨੁਮਾਇੰਦੇ ਵਿੱਚ ਕੋਈ ਓਨੀ ਤਾਕਤ ਨਹੀਂ ਹੈ ਜੇ ਕਿ ਉਹ ਆਪਣੀ ਆਪਣੇ ਅਹੁਦੇ ਦਾ ਇਸਤੇਮਾਲ ਕਰ ਸਕੇ। ਠੀਕ ਹੈ, ਤੇ ਜਿਸ ਕਰਕੇ ਉਹਨਾਂ ਨੇ ਥੋੜ੍ਹੀ ਦਲੇਰ ਚੰਗੀ ਹੈ, ਇਹਦੇ ਨਾਲ ਬਿਹਤਰ ਹੈ ਕਿ ਕੈਪਟਨ ਸਾਹਿਬ ਹੋਵੇ ਚਾਹੇ ਕੋਈ ਵੀ ਇਨਸਾਨ ਹੋਵੇ, ਜਿਹੜਾ ਕੋਈ ਵੀ ਮਿਨਿਸਟਰ ਹੋਵੇ ਉਹਨਾਂ ਦੀ ਮਿਨਿਸਟਰੀ ਦਾ, ਉਹਨਾਂ ਵਿੱਚ ਉਹ ਪਾਵਰ ਹੈ ਨਹੀਂ ਜਿਹੜੀ ਹੋਰ ਸਿੱਧੂ ਸਾਹਿਬ ਵਿੱਚ ਬਿਨਾਂ ਕਿਸੇ ਮਹਿਕਮਾ ਲੈਣ ਦੀ ਹੈਗੀ। ਠੀਕ ਹੈ ਰਾਜਕੁਮਾਰ ਸਾਹਿਬ, ਠੀਕ ਹੈ, ਮਿਹਰਬਾਨੀ ਤੁਹਾਡੀ, ਤੁਸੀਂ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ, ਬਹੁਤ ਮਿਹਰਬਾਨੀ ਜੀ, ਤੁਹਾਡੀ ਵੀ ਮਿਹਰਬਾਨੀ ਕਿ ਤੁਸੀਂ ਆਪਣੇ ਪ੍ਰਤੀਕਰਮ ਸਾਡੇ ਨਾਲ ਸਾਂਝੇ ਕੀਤੇ। ਕੀ ਨਵਜੋਤ ਸਿੰਘ ਸਿੱਧੂ ਪਾਉਣਗੇ ਕੈਪਟਨ ਅਮਰਿੰਦਰ ਸਿੰਘ ਨੂੰ ਜੱਫੀ, ਕਰਾਂਗੇ ਇਸ ਦੇ ਉੱਤੇ ਟਿੱਪਣੀ ਬ੍ਰੇਕ ਤੋਂ ਬਾਅਦ। ਬ੍ਰੇਕ ਤੋਂ ਬਾਅਦ ਸਵਾਗਤ ਹੈ, ਕਾਲਰਸ ਜੁੜੇ ਹੋਏ ਹਨ, ਉਹਨਾਂ ਦੇ ਵਿਚਾਰ ਆਪਾਂ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਮਾਂਗਤ ਸਾਹਿਬ, ਕੀ ਕਹਿਣਾ ਚਾਹੋਗੇ? ਤੇ ਮੈਂ ਤਾਂ ਇਹ ਕਹੂੰਗਾ ਵੀ ਸਿੱਧੂ ਵਰਗਾ ਕੋਈ ਵੀ ਮਿਨਿਸਟਰ ਨਹੀਂ ਹੈ ਜੀ, ਨੋ ਬੋਡੀ। ਠੀਕ ਹੈ ਜੀ, ਦੀ ਓਨਲੀ ਟਰੂਥਫੁਲ ਪਰਸਨ। ਸੋ ਦੈਨ ਵਟ ਸ਼ੁਡ ਹੀ ਡੂ, ਕੀ ਕਰਨਾ ਚਾਹੀਦਾ ਉਹਨੂੰ? ਬਿਲਕੁਲ ਉਹਨੂੰ ਅੱਜ ਹੀ ਵੇਟਿੰਗ ਫਾਰ ਰਾਹੁਲ ਗਾਂਧੀ ਇੰਪਰੂਵਮੈਂਟ, ਸੋ ਦੇ ਮੇਕ ਯੂਜ਼ ਆਫ ਡੂ ਟੂ ਰਾਹੁਲ ਗਾਂਧੀ ਫਾਲ ਐਂਡ ਦੈਟਸ ਵਾਟ ਆਲ ਦੀ ਮਿਨਿਸਟਰ ਅਗੇਂਸਟ ਹਿਮ, ਬਟ ਦੇਰ ਇਜ਼ ਨੋ ਬੋਡੀ ਲਾਈਕ ਸਿੱਧੂ, ਯੂ ਨੋ ਹੀ ਇਜ਼ he don't care about his job, he don't care about this little money, he don't do any kind of fraud as other people do. No, Mangat sahab, we definitely we feel proud, we have Navjot Singh Sidhu, he is a honest minister, but fir unhone charge kyon nahi lita, why he is not taking a charge as a power minister? I know that je oh charge le lene te bijli de rate inna ne enne badhaye hoye ne ode te blame karna si inna ne. Theek hai, he is a very intelligent person. Even especially to you, you don't tell me he need to resign. Okay. You are, you know, that's really, there is nobody like him. He dare to talk with anybody honestly. Yes, bijli de rate inne Punjab. No, we are not saying that ki he should resign. Opponent party jehdi hai virodhi tar hai, they are saying that that he should resign from his ministry then. He don't need to resign. He will fight up to the end. Meherbani thodi, Mangat sahab apne vichar sade naal tusi sanjhe kite. ਸੋ ਤੁਸੀਂ ਵੇਖ ਪਾ ਰਹੇ ਹੋ ਕਿ ਹਰ ਕੋਈ ਆਪਣੇ ਆਪਣੇ ਪ੍ਰਤੀਕਰਮ ਆਪਣੇ ਆਪਣੀ ਵਿਚਾਰ ਜਿਹੜਾ ਇਸ ਮੰਚ ਦੇ ਉੱਤੇ ਰੱਖਦਾ, ਤਾਂ ਅਸੀਂ ਉਹਦਾ ਸਨਮਾਨ ਵੀ ਕਰਦੇ ਹਾਂ, ਲੇਕਿਨ ਹਾਲ ਫਿਲਹਾਲ ਦੇ ਵਿੱਚ ਦੁਚਿੱਤੀ ਦੇ ਵਿੱਚ ਫਸੇ ਹੋਏ ਹਨ ਨਵਜੋਤ ਸਿੰਘ ਸਿੱਧੂ, ਅਤੇ ਉਹਨਾਂ ਨੂੰ ਕਰਨਾ ਕੀ ਚਾਹੀਦਾ ਫਿਲਹਾਲ ਹੈ, ਅਤੇ ਆਉਣ ਵਾਲਾ ਸਮਾਂ ਦੱਸੇਗਾ, ਔਰ ਅਸੀਂ ਵੀ ਤੁਹਾਨੂੰ ਪਲ ਪਲ ਦੀ ਜਿਹੜੀ ਜਾਣਕਾਰੀ ਹੈਗੀ ਹੈ ਇਸ ਵਿਸ਼ੇ ਦੇ ਉੱਤੇ ਉਹ ਵੀ ਦਿੰਦੇ ਰਹਾਂਗੇ। ਜਿਹੜੇ ਕਾਲਰਸ ਦੇ ਮੈਂ ਫੋਨ ਕਾਲਸ ਨਹੀਂ ਚੱਕ ਪਾਇਆ, ਮੈਂ ਉਹਨਾਂ ਤੋਂ ਮਾਫੀ ਮੰਗਦਾ ਕਿਉਂਕਿ ਮੈਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਪਰ ਤੁਸੀਂ ਮੈਨੂੰ ਮੇਲ ਕਰ ਸਕਦੇ ਹੋ ਇਸ ਹੇਠ ਲਿਖੀ ਈਮੇਲ ਆਈ ਡੀ ਦੇ ਉੱਤੇ info@justbroadcasting.com, harkeerat@justbroadcasting.com ਦੇ ਉੱਤੇ। ਅਤੇ ਹੁਣ ਹਜੇ ਵੀ ਕਨਫਿਊਜ਼ਨ ਕ੍ਰੀਏਟ ਹੈ ਕਿ ਕੈਪਟਨ ਅਮਰਿੰਦਰ ਸਿੰਘ ਮਨਾਉਣਗੇ ਨਵਜੋਤ ਸਿੰਘ ਸਿੱਧੂ ਨੂੰ, ਕਿ ਨਵਜੋਤ ਸਿੰਘ ਸਿੱਧੂ ਜੱਫੀ ਪਾਉਣਗੇ ਕੈਪਟਨ ਅਮਰਿੰਦਰ ਸਿੰਘ ਨੂੰ, ਦੇਵਾਂਗੇ ਇਸ ਬਾਰੇ ਜਾਣਕਾਰੀ ਜੇਕਰ ਸਾਡੇ ਕੋਲ ਪਹੁੰਚੇਗੀ, ਕਰਾਂਗੇ ਉਸ ਉੱਤੇ ਵੀ ਅਸੀਂ ਟਿੱਪਣੀ। ਫਿਲਹਾਲ ਅੱਜ ਦੇ ਮੁੱਦੇ ਦੇ ਵਿੱਚ ਮੈਨੂੰ ਹਰਕੀਰਤ ਸਿੰਘ ਆਲੂਵਾਲੀਆ ਅਤੇ ਮੇਰੀ ਪੂਰੀ ਟੀਮ ਨੂੰ ਦਵੋ ਇਜਾਜ਼ਤ, ਧੰਨਵਾਦ, ਸਤਿ ਸ੍ਰੀ ਅਕਾਲ। ਇੱਕ ਬਾਅਦ ਸਵਾਗਤ ਹੈ, ਕਾਲਰਸ ਜੁੜੇ ਹੋਏ ਹਨ, ਉਹਨਾਂ ਦੇ ਵਿਚਾਰ ਆਪਾਂ ਲੈ ਰਹੇ ਹਾਂ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ, ਕੌਣ ਬੋਲ ਰਹੇ ਹੋ, ਕਿੱਥੋਂ ਬੋਲ ਰਹੇ ਹੋ? ਜੀ ਮਾਂਗਤ ਸਾਹਿਬ, ਕੀ ਕਹਿਣਾ ਚਾਹੋਗੇ? ਤੇ ਮੈਂ ਤਾਂ ਇਹ ਕਹੂੰਗਾ ਵੀ ਸਿੱਧੂ ਵਰਗਾ ਕੋਈ ਵੀ ਮਿਨਿਸਟਰ ਨਹੀਂ ਹੈ ਜੀ, ਨੋ ਬੋਡੀ। ਠੀਕ ਹੈ ਜੀ, ਦੀ ਓਨਲੀ ਟਰੂਥਫੁਲ ਪਰਸਨ। ਸੋ ਦੈਨ ਵਟ ਸ਼ੁਡ ਹੀ ਡੂ, ਕੀ ਕਰਨਾ ਚਾਹੀਦਾ ਉਹਨੂੰ? ਬਿਲਕੁਲ ਉਹਨੂੰ ਅੱਜ ਹੀ ਵੇਟਿੰਗ ਫਾਰ ਰਾਹੁਲ ਗਾਂਧੀ ਇੰਪਰੂਵਮੈਂਟ, ਸੋ ਦੇ ਮੇਕ ਯੂਜ਼ ਆਫ ਡੂ ਟੂ ਰਾਹੁਲ ਗਾਂਧੀ ਫਾਲ ਐਂਡ ਦੈਟਸ ਵਾਟ ਆਲ ਦੀ ਮਿਨਿਸਟਰ ਅਗੇਂਸਟ ਹਿਮ, ਬਟ ਦੇਰ ਇਜ਼ ਨੋ ਬੋਡੀ ਲਾਈਕ ਸਿੱਧੂ, ਯੂ ਨੋ ਹੀ ਇਜ਼ he don't care about his job, he don't care about this little money, he don't do any kind of fraud as other people do. No, Mangat sahab, we definitely we feel proud, we have Navjot Singh Sidhu, he is a honest minister, but fir unhone charge kyon nahi lita, why he is not taking a charge as a power minister? I know that je oh charge le lene te bijli de rate inna ne enne badhaye hoye ne ode te blame karna si inna ne. Theek hai, he is a very intelligent person. Even especially to you, you don't tell me he need to resign. Okay. You are, you know, that's really, there is nobody like him. He dare to talk with anybody honestly. Yes, bijli de rate, enne Punjab. No, we are not saying that ki he should resign.
opponent party jehdi hai virodhi dhir hai, they are saying that that he should resign from his ministry then. He don't need to resign. He will fight up to the end. Meherbani thodi Mangat sahab apne vichar sade naal tusi sanjhe kite. So tusi vekh pa rahe ho ki har koi apne apne pratikram apne apni vichar jehda is majde utte rakhda hai te assi ohda samman vi karde ha. लेकिन हाल फिलहाल दे विच दुचित्ती दे विच फसे हुए हैं नवजोत सिंह सिद्धू ते उन्हां नूं करना की चाहिए फिलहाल है ते आने वाला समा दस्सेगा और असी भी तुहानूं पल पल दी जिहड़ी जानकारी हैगी है इस विषय दे उत्ते वह भी देंदे रहांगे जिहड़े कॉलर्स दे मैं फोन कॉल्स नहीं चक पाया मैं उन्हां तों माफ़ी मंगदा क्योंकि मैनूं समा इजाजत नहीं दे रहा पर तुसीं मैनूं मेल कर सकते हो इस हेठ लिखी ईमेल आई डी दे उत्ते info@justbroadcasting.com harkirat@justbroadcasting.com दे उत्ते ते हुण हजे भी कन्फ्यूजन क्रिएट है कि कैप्टन अमरिंदर सिंह मनाउणगे नवजोत सिंह सिद्धू नूं कि नवजोत सिंह सिद्धू जफ़ी पाउणगे कैप्टन अमरिंदर सिंह नूं दवांगे इस बारे जानकारी जेकर साडे कोल पहुँचेगी करांगे उस उत्ते भी असी टिप्पणी फिलहाल अज दे मुद्दे दे विच मैनूं हरकीरत सिंह आलूवालिया ते मेरी पूरी टीम नूं दवो इजाजत धन्नवाद सत श्री अकाल